ਬਾਗਪਤ ਦੇ ਵਿੱਚ ਵੱਡਾ ਆਸ਼ਰਮ ਹੈ ਤੇ ਸਿਰਸੇ ਜਾਂ ਨਾ ਜਾਣ ਦੀ ਉਸ ਤੇ ਕੰਡੀਸ਼ਨ ਲਾਈ ਗਈ ਹੈ ਉਹ ਸ਼ਰਤਾਂ ਨੇ ਪਰੋਲ ਦੀਆਂ ਕਿ ਸਿਰਸੇ ਵਾਲੇ ਡੇਰੇ ਵਿੱਚ ਉਹ ਜਿੱਥੇ ਉਹਦਾ ਮੁੱਖ ਡੇਰਾ ਤੇ ਗੁਫਾ ਵਗੈਰਾ ਹੈ ਉੱਥੇ ਉਹ ਨਹੀਂ ਜਾ ਸਕਦਾ। ਹਾਂ ਇੱਕ ਗੱਲ ਮੈਂ ਇੱਥੇ ਜ਼ਾਦ ਕਰਾ ਦੇਵਾਂ ਕਿ ਜਦੋਂ ਬਾਬਾ ਲਾਸਟ ਜਿਹੜਾ ਆਖਰੀ ਵਾਰੀ ਜੂਨ ਮਹੀਨੇ ਦੇ ਵਿੱਚ ਵਾਪਸ ਗਿਆ ਸੀ ਤੇ ਰੌਲਾ ਪੈ ਗਿਆ ਸੀ ਕਿ ਕੋਈ ਨਕਲੀ ਬਾਬਾ ਸਾਨੂੰ ਪੜਾ ਦਿੱਤਾ ਗਿਆ ਇਹ ਤੇ ਉਹ ਬਾਬਾ ਹੀ ਨਹੀਂ ਜਿਹੜਾ ਇਥੋਂ ਰਿਹਾ ਹੋ ਕੇ ਗਿਆ ਸੀ ਸ਼ਾਇਦ ਉਸ ਦੀ ਕਾਰਬਨ ਕਾਪੀ ਜਿਹੜੀ ਹੈ ਜੇਲ੍ਹ ਦੇ ਵਿੱਚ ਆ ਗਈ ਤੇ ਬਾਬਾ ਕਿਤੇ ਬਾਹਰ ਕਮਰੇ ਤੋਂ ਹਰਜੀਤ ਸਿੰਘ ਗਰੇਵਾਲ ਕੰਟਰੋਵਰਸ਼ੀਅਲ ਬਿਆਨ ਜਿਹੜੇ ਨੇ ਬਾਤ ਪ੍ਰਸਤ ਜਾਨ ਉਹ ਦਿੰਦੇ ਰਹੇ ਨੇ ਇੱਥੇ ਜਿਹੜੀ ਜੋ ਗੱਲ ਉਹਨਾਂ ਨੇ ਬੋਲੀ ਹੈ ਨਾਲ ਬਾਬੇ ਦੇ ਹੱਥ ਵਿੱਚ ਦੀ ਬੋਲੀ ਹੈ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਲੋਕ ਜੁੜੇ ਹੋਏ ਨੇ ਤੇ ਉਸ ਦਾ ਕਾਨੂੰਨ ਨੂੰ ਕੋਈ ਖਤਰਾ ਨਹੀਂ ਹੈ ਬਾਬੇ ਦਾ ਕੀ ਕੋਈ ਇਹ ਸਵਾਲ ਪੁੱਛਦਾ ਕਿ ਜੇ ਬਾਬੇ ਦੇ ਸਮਰਥਕਾਂ ਨੇ ਉਹ ਪੋਸਟਰ ਛਪਵਾਉਣ ਲਈ ਅਖਬਾਰ ਨੂੰ ਦੇ ਦਿੱਤਾ ਤਾਂ ਅਖਬਾਰ ਨੇ ਉਸ ਦੀ ਸਟੂਟਨੈਸ ਕਿਉਂ ਨਾ ਕੀਤੀ RAMCHANDRA CHHATRAPATI ਹੀ ਸੀ ਜਿਸਨੇ ਇਕੱਲੇ ਵਿਅਕਤੀ ਨੇ ਮੋਢ ਬੰਨਿਆ ਸਾਰੀ ਚੀਜ਼ ਦਾ ਤੇ ਡੇਰੇ ਤੇ ਲੋਕਾਂ ਵੱਲੋਂ ਜਾਂ ਡੇਰੇ ਦੇ ਸਮਰਥਕਾਂ ਵੱਲੋਂ ਜਾਂ ਡੇਰੇ ਨਾਲ ਹਮਦਰਦੀ ਰੱਖਣ ਵਾਲਿਆਂ ਵੱਲੋਂ ਬੇਰਹਿਮੀ ਨਾਲ ਉਸ ਨੂੰ ਮਾਰੇ ਗਿਆ ਰਾਮਪ੍ਰਤਾ ਸ਼ੇਤਰਪਤੀ ਨੂੰ ਤੇ ਅਨਸ਼ੂਲ ਸ਼ੇਤਰਪਤੀ ਦਾ ਜਿਹੜਾ ਦਰਦ ਹੈ ਅੰਦਰਲਾ ਉਹ ਜਾਇਜ਼ ਹੈ ਬਿਲਕੁਲ ਉਹ ਉਹ ਬਾਵੇ ਦੇ ਵਿੱਚ ਫੋਟੋ ਵੀ ਆਈਆਂ ਕਰਵਾ ਚੌਥੀਆਂ ਇਹ ਡੇਰਾ ਪ੍ਰੇਮੀਆਂ ਵੱਲੋਂ ਆਪਣੀਆਂ ਪਤਨੀਆਂ ਦੇ ਨਾਲ ਕਰਵਾ ਚੌਥ ਬਾਬੇ ਦੀ ਫੋਟੋ ਰੱਖ ਕੇ ਬਣਾਇਆ ਅਸਲ 'ਚ ਕੱਲ੍ਹ ਇਹ ਹੋਇਆ ਕਿ ਭਗਵੰਤ ਮਾਨ ਨੇ ਉਹਨਾਂ ਦਾ ਜਵਾਬ ਜਿਹੜਾ ਸੀ ਕੁਝ ਇਸ ਤਰੀਕੇ ਨਾਲ ਦਿੱਤਾ ਕਿ ਤੁਸੀਂ ਬੂਰੀ ਦੇ ਵਿੱਚ ਟੱਕ ਲਵਾ ਕੇ ਇੰਦਰਾ ਗਾਂਧੀ ਤੋਂ ਇਸ ਨਹਿਰ ਦੀ ਸ਼ੁਰੂਆਤ ਕਰਵਾਈ ਸੀ। ਕੈਪਟਨ ਸਾਹਿਬ ਉਸ ਕੱਲ ਤੋਂ ਖਿੱਚ ਗਏ। ਹਾਰਸਡੇ ਤੋਂ ਵੱਡੇ-ਵੱਡੇ ਆਕੂਚੇ ਤੱਕ ਪ੍ਰਧਾਨ ਮੰਤਰੀ ਸਾਹਿਬ ਵੀ ਪਾਣੀ ਪੀ ਪੀ ਕੇ ਜਵਾਲਾਲ ਨਹਿਰੂ ਤੇ ਉਸ ਪਰਿਵਾਰ ਨੂੰ ਪੰਡਦੇ ਨੇ। ਇਹ ਕੋਰੀਡੋਰ ਖਲਵਾਉਣ ਦੇ ਹੱਥ ਵਿੱਚ ਤੁਸੀਂ ਤੇ ਅਰੂਸਾ ਵਾਲਾ ਮਾਮਲਾ ਲਗਾਤਾਰ ਬਰਾਬਰ ਚੱਲ ਰਿਹਾ ਸੀ ਸਾਰਿਆਂ ਨੂੰ ਪਤਾ ਹੈ ਇਸ ਦਾ। ਹੁਣ ਕੈਪਟਨ ਸਾਹਿਬ ਖੁਦ ਕੈਨੇਡਾ ਸਰਕਾਰ ਦੇ ਖਿਲਾਫ ਬੋਲਦੇ ਰਹੇ ਨੇ। ਉਦੇ ਉਹਦੇ ਜਿਹੜੇ ਰਿਪਰੈਜ਼ੈਂਟੇਟਿਵ ਨਮਾਇंदे ਉਹਦੇ ਡਿਫੈਂਸ ਮਿਨਿਸਟਰ ਤੇ ਸਟੇਟਾਂ ਦੇ ਜਿਹੜੇ ਹੋਰ ਆਗੂ ਤੇ ਹੋਰ ਉਹ ਲੋਕ ਪਾਉਦੇ ਰਹੇ ਉਹਨਾਂ ਨੂੰ ਮਿਲਟ ਨੂੰ ਰਕਾਰ ਕਰਦੇ ਰਹੇ ਨੇ ਉਸ ਗੱਲ ਦੇ ਪਿੱਛੇ ਕੀ ਰੈਸ਼ਨੈਲਿਟੀ ਸੀ ਕਾਫੀ ਪਹਿਲਾਂ ਸਮਾਕਰਨ ਸਿੰਘ ਸਾਹਿਬ ਨੇ ਕਿਹਾ ਸੀ ਕਿ ਡਿਜਰੀਵਾਲ ਨੂੰ ਡ्रेसਿੰਗ ਸੈਂਸ ਨਹੀਂ ਹੈ ਜੱਪਨਾ ਵਗਰਾ ਵਾਕਈ ਹੁਮਤ ਨਹੀਂ ਤੇ ਚੰਨੀ ਸਾਹਿਬ ਨੇ ਤੇ ਕਹਿਤਾ ਸੀ ਕਿ ਯਾਰ ਇਹਨੂੰ ਕੋਈ ਸੂਟ-ਫੂਟ ਲੈ ਵੀ ਦਿਓ ਸੋ ਇਸ ਪਾਰਟੀ ਵਿੱਚ ਜਿੰਨ ਹੁੰਦੇ ਨੇ ਕੈਪਟਨ ਸਾਹਿਬ ਰਹੇ ਨੇ ਗੱਲਾਂ ਬਹੁਤ ਵੱਡੀਆਂ-ਵੱਡੀਆਂ ਹੋਈਆਂ ਪਰ ਪੰਜਾਬ ਦੇ ਪੱਲੇ ਕੁਝ ਨਹੀਂ ਪਿਆ ਉਹਨਾਂ ਗੱਲਾਂ ਦੀ ਵੀ ਉਖੜਪੱਖਣ ਦੀ ਬਣ ਗਈ ਇਹ ਕੋ ਪੁਲਿਸ ਮੁਲਾਜ਼ਮ ਉੱਥੇ ਆਉਂਦੀਆਂ ਨੇ ਤੇ ਉਹਨਾਂ ਵੱਲੋਂ ਉਹਨਾਂ ਦੀ ਵਿੱਚ ਤੂ ਕੀਤੀ ਜਾਂਦੀ ਹੈ ਉਹਨਾਂ ਨੂੰ ਫੜਿਆ ਜਾਂਦਾ ਹੈ ਸੁਟਿਆ ਜਾਂਦਾ ਹੈ ਉਹਨਾਂ ਦੇ ਚਪੇੜਾ ਮਾਰੀਆਂ ਜਾਂਦੀਆਂ ਨੇ ਉਹਨਾਂ ਦੇ ਫੋਨ ਖੋ ਕੇ ਦਿਓ ਆਪਣਾ ਫੋਨ ਤੁਹਾਡੇ ਮਾਪਿਆਂ ਨੂੰ ਕਰਦੇ ਆ ਤੁਸੀਂ ਇੱਥੇ ਕਰਦੀਆਂ ਇਹ ਬੱਚੇ ਜਿਹੜੇ ਨੇ ਇਹ ਮਾਪਿਆਂ ਦੀ ਅੱਖਾਂ 'ਚ ਘੱਟਾ ਪਾ ਰਹੇ ਨੇ ਨਾਲੇ ਕਿ ਸਾਡਾ ਸਮਾਜ ਇਹ ਕੀ ਜਿਹੜਾ ਹੈ ਸਮਾਜ ਦੇ ਸਮਾਜਿਕ ਤੌਰ ਤੇ ਜਿਹੜੇ اصول ਨੇ ਸਾਡੇ ਬਣਾਏ ਹੋਏ ਅਸੀਂ ਖਾ ਪੰਚਾਇਤਾਂ ਦੀ ਤਾਂ ਗੱਲ ਕਰਦੇ ਆ ਇਹ ਜਿਹੜੇ ਨੁਮਾਇੰਦੇ ਨੇ ਸਾਡੇ ਕਾਨੂੰਨ ਦੇ ਇਹ ਕੀ ਸੋਚ ਰਹੇ ਜੋ ਸਾਡਾ ਸਮਾਜ ਜਿੱਧਰ ਨੂੰ ਜਾ ਰਿਹਾ ਤਬਦੀਲੀਆਂ ਇਹੋ ਜਿਹੀਆਂ ਆਉਂਦੀਆਂ ਰਹੀਆਂ ਨੇ ਜੇ ਅਸੀਂ ਇੰਨਾ ਕੁਝ ਪ੍ਰਚਾਰ ਕੇ ਸਾਡੇ ਵੱਡੇ ਵੱਡੇ ਜਿਹੜੇ ਆਗੂ ਨੇ ਸਾਡੇ ਨੁਮਾਇੰਦੇ ਨੇ ਫਿਲਮ ਸਟਾਰਾਂ ਨੂੰ ਹੋਰ ਨਾਲ ਲੋਕਾਂ ਨੂੰ ਜਨ ਲੈ ਕੇ ਆਉਂਦੇ ਜਿਨ੍ਹਾਂ ਦੀ ਪਬਲਿਕ ਲਾਈਫ ਇਹੋ ਜਿਹੀ ਹੁੰਦੀ ਹੈ ਤੇ ਫਿਰ ਉਹ ਚੀਜ਼ਾਂ ਦਾ ਪ੍ਰਚਾਰ ਕਰਕੇ ਤੇ ਦੂਜੇ ਪਾਸੇ ਆਪਣੇ ਨੌਜਵਾਨ ਲੜਕੇ ਲੜਕੀਆਂ ਨੂੰ ਰੋਕੇ ਨਹੀਂ ਸਕਦੇ ਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਹੈ ਜੀ ਵਿਚਾਰ-ਚਰਚਾ ਹਰ ਰੋਜ਼ ਦੀ ਤਰ੍ਹਾਂ ਕੁਝ ਖਾਸ ਖਬਰਾਂ ਤੇ ਚਰਚਾ ਕਰਾਂਗੇ ਤੇ ਵਿਚਾਰ ਜਾਨਾਂਗੇ ਆਪਣੇ ਮਾਹਿਰ ਮਹਿਮਾਨ ਕੁਲਦੀਪ ਸਿੰਘ ਹੀਰ ਹੋਰਾਂ ਦੇ ਤੇ ਇਸ ਵੇਲੇ ਹੀਰ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਣੇ ਆ ਸਤਿ ਸ਼੍ਰੀ ਅਕਾਲ ਹੀਰ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ 'ਚ ਤੁਹਾਡਾ ਸਤਿ ਸ਼੍ਰੀ ਅਕਾਲ ਸਭ ਲਈਨ ਸਾਰੇ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਪਹਿਲਾਂ ਗੱਲ ਕਰ ਲਈਏ ਸੌਦਾ ਸਾਦ ਰਾਮ ਰਹੀਮ ਦੀ 8 ਮਹੀਨੇ ਤੇ ਤਿੰਨ ਵਾਰੀ ਬਾਬਾ ਜੀ ਬਾਹਰ ਆ ਗਏ ਨੇ ਪਹਿਲਾਂ ਫਰਵਰੀ 'ਚ ਫਿਰ ਜ قافلے ਦੇ ਵਿੱਚ ਗੱਡੀਆਂ ਸ਼ੂਕਦੀਆਂ ਪਤਾ ਨਹੀਂ ਕਿਹੜੇ ਆਸ਼ਰਮ ਨੂੰ ਚਲੀਆਂ ਗਈਆਂ ਨੇ ਐਸਜੀਪੀਸੀ ਨੇ ਵਿਰੋਧ ਕੀਤਾ ਬਲਜੀਤ ਸਿੰਘ ਦਾਦੂਵਾਲ ਹੋਰਾਂ ਨੇ ਵਿਰੋਧ ਕੀਤਾ ਤੇ ਹਰਜੀਤ ਸਿੰਘ ਗਰੇਵਾਲ ਟੱਪ ਕੇ ਬਾਬੇ ਦੇ ਹੱਕ ਵਿੱਚ ਖੜੇ ਹੋ ਗਏ ਨੇ ਕਹਿੰਦੇ ਉਹਦਾ ਹੱਕ ਸੀ ਅਗਲਾ ਲੈ ਗਿਆ ਕਰਿਓ ਖ ਜਰਾ ਸਾਰੀ ਤਫਸੀਲ ਸਾਡੇ ਨਾਲ ਸਾਂਝੀ ਸਰ ਬਲਕਿ ਗੱਲ ਇਸ ਤਰ੍ਹਾਂ ਹੈ ਕਿ ਤੁਸੀਂ ਕਹਿ ਕਿ ਤੀਸਰੀ ਵਾਰੀ ਬਾਬਾ ਬਾਹਰ ਆਇਆ ਜੇਲ੍ਹ ਦੇ ਵਿੱਚੋਂ ਇਸ ਸਾਲ ਕਾਨੂੰਨ ਮੁਤਾਬਕ ਜਿਹੜਾ ਕਿਸਮ ਦਾ ਜਿਸ ਕਿਸਮ ਦਾ ਕੇਸ ਹੈ ਬਾਬੇ ਦਾ 90 ਜਾਂ 91 ਦਿਨ ਦੀ ਉਸ ਨੂੰ ਫਰਲੋ ਜਾਂ ਪੈਰੋਲ ਮਿਲ ਸਕਦੀ ਹੈ ਫਰਲੋ ਜਿਹੜਾ ਹੈ ਅੰਗਰੇਜ਼ੀ ਦਾ ਲਫ਼ਜ਼ ਹੈ ਐਫ ਯੂ ਆਰ ਐਲ ਓ ਡਬਲ ਇਹਨੂੰ ਪੰਜਾਬੀ ਦੇ ਵਿੱਚ ਆਮ ਤੌਰ ਤੇ ਵਰਤ ਲਿਆ ਜਾਂਦਾ ਹੈ ਫਰਲੋ ਤੇ ਪਰੋਲ ਦੇ ਵਿੱਚ ਮੜਾ-ਮੋਟਾ ਅੰਤਰ ਹੁੰਦਾ ਹੈ ਪਰ ਦੋਵਾਂ ਮਾਮਲਿਆਂ ਦੇ ਵਿੱਚ ਜਿਹੜਾ ਕੈਦੀ ਨੂੰ ਇੱਕ ਕਿਸਮ ਦੀ ਰਾਹਤ ਹੈ ਜਾਂ ਦੋਸ਼ੀ ਹੈ ਜਿਹੜਾ ਉਹਨੂੰ ਰਾਹਤ ਜਿਹੜੀ ਹੈ ਉਹ ਦੇਣ ਦਾ ਇਹ ਮਕਸਦ ਹੁੰਦਾ ਫਰਲੋ ਉਸ ਦਾ ਕਾਨੂੰਨੀ ਹੱਕ ਹੁੰਦਾ ਹੈ ਪਰੋਲ ਉਸ ਦਾ ਕਾਨੂੰਨੀ ਹੱਕ ਨਹੀਂ ਹੁੰਦਾ ਕੁਝ ਸ਼ਰਤਾਂ ਹੋਰ ਵੀ ਹੁੰਦੀਆਂ ਨੇ ਕੁਝ ਚੀਜ਼ਾਂ ਦਾ ਫਰਕ ਹੁੰਦਾ ਹੈ ਪਰੋਲ ਇੱਕ ਖਾਸ ਮਕਸਦ ਲਈ ਕੁਝ ਖਾਸ ਦੇ ਨਾਲ ਹੀ ਹੁੰਦੀ ਹੈ ਤੇ ਫਰਲੋ ਜਿਹੜੀ ਐ ਉਹ ਉਹਦਾ ਥੋੜਾ ਮੰਤਵ ਵੱਖਰਾ ਜਾਂ ਹੁੰਦਾ ਉਸਦਾ ਚਾਲ ਚੱਲਣਾ ਸਵਾਦ ਹੁੰਦਾ ਮਨਜ਼ੂਰੀ ਵੀ ਥੋੜਾ ਜਿਹਾ ਵੱਖਰੇ ਵੱਖਰੇ ਡਿਪਾਰਟਮੈਂਟ ਦਿੰਦੇ ਨੇ ਇਹਨਾਂ ਦੋਵਾਂ ਚੀਜ਼ਾਂ ਦੀ ਜੀ ਪਰ 90 ਜਾਂ 91 ਦਿਨ ਉਸਤੇ ਪੂਰੇ ਕਰਨ ਲਈ ਇਸ ਸਾਲ ਦੇ 2022 ਦੇ ਬਾਬੇ ਨੂੰ ਫਰਵਰੀ ਦੇ ਵਿੱਚ 21 ਦਿਨ ਦੀ ਦਿੱਤੀ ਗਈ ਜੂਨ ਮਹੀਨੇ ਚ ਇੱਕ ਇੱਕ ਮਹੀਨੇ ਦੀ ਸੋ ਤਕਰੀਬਨ 50 51 ਦਿਨ ਉਹ ਤੇ ਹੋ ਚੁੱਕੇ ਤੇ 40 41 ਦਿਨ ਜਿਹੜੇ ਨੇ ਉਹਨੂੰ ਹੋਰ ਪਰਲੋ ਜਿਹੜੀ ਐ ਜਾਂ ਪ੍ਰੋਲ ਜਿਹੜੀ ਐ ਉਹ ਮਿਲ ਗਈ ਹੈ ਹੁਣ ਇਥੋਂ ਜਿਵੇਂ ਤੁਸੀਂ ਦੱਸਿਆ ਕਿ ਕਾਫਲੇ ਦੇ ਰੂਪ ਦੇ ਵਿੱਚ ਨਿਕਲ ਕੇ ਸਿੱਧਾ ਸੁਨਾਰੀਆ ਜੇਲ੍ਹ ਤੋਂ ਹਨੀਪਰੀਦ ਦੇ ਨਾਲ ਉਹ ਬਾਗਪਤ ਯੂਪੀ ਦੇ ਵਿੱਚ ਗਿਆ ਬਾਗਪਤ ਦੇ ਵਿੱਚ ਵੱਡਾ ਆਸ਼ਰਮ ਹੈ ਤੇ ਸਿਰਸੇ ਜਾਂ ਨਾ ਜਾਣਦੀ ਉਸ ਤੇ ਕੰਡੀਸ਼ਨ ਲਾਈ ਗਈ ਹੈ ਉਹ ਸ਼ਰਤਾਂ ਨੇ ਪਰੋਲ ਦੀਆਂ ਕਿ ਸਿਰਸੇ ਵਾਲੇ ਡੇਰੇ ਵਿੱਚ ਉਹ ਜਿੱਥੇ ਉਸ ਦਾ ਮੁੱਖ ਡੇਰਾ ਤੇ ਗੁਫਾ ਵਗੈਰਾ ਹੈ ਉੱਥੇ ਉਹ ਨਹੀਂ ਜਾ ਸਕੇਗਾ ਤੇ ਹੋਰ ਡੇਰਿਆਂ ਵਿੱਚ ਅਗਰ ਉਹ ਜਾਣਾ ਚਾਹੁੰਦਾ ਤੇ ਉਸ ਤੇ ਸ਼ਰਤਾਂ ਲਗੀਆਂ ਹੋਣਗੀਆਂ ਉੱਥੇ ਵੀ ਆਸਾਨੀ ਨਾਲ ਨਹੀਂ ਜਾ ਸਕੇਗਾ ਪੰਜਾਬ ਆਵੇਗਾ ਜਾਂ ਨਹੀਂ ਆਵੇਗਾ ਇਸ ਗੱਲ ਦਾ ਮੈਨੂੰ ਪਤਾ ਨਹੀਂ ਪਰ ਜੀ ਅਸੀਂ ਪਿਛਲੇ ਰਿਕਾਰਡ ਨੂੰ ਦੇਖਿਆ ਜਾਵੇ ਤਾਂ ਸਲਾਬਤਪੁਰਾ ਜਾਂ ਹੋਰ ਡੇਰੇ ਜਿੱਥੇ ਨਾਮ ਚਰਚਾ ਹੁੰਦੀ ਹੈ ਤੇ ਪ੍ਰੇਮੀ ਇਕੱਠੇ ਹੁੰਦੇ ਨੇ ਉੱਥੇ ਬਾਬਾ ਨਹੀਂ ਆਵੇਗਾ ਕਿਉਂਕਿ ਸੁਰੱਖਿਆ ਦਾ ਵੱਡਾ ਮਸਲਾ ਹੈ ਸੋ ਬਾਬਾ ਖੁੱਲੀਆਂ ਹਵਾਵਾਂ ਦੇ ਵਿੱਚ ਐ ਇੱਕ ਵਾਰੀ ਫੇਰ ਔਰ ਉੱਥੇ ਜਾ ਕੇ ਪਹੁੰਚ ਕੇ ਜੋ ਵਿਰੋਧੀਆਂ ਨੇ ਗੱਲ ਉਹਨਾਂ ਤੇ ਭਾਜਪਾ ਤੇ ਕੀਤੀ ਹੈ ਪਿਛਲੇ ਸਮੇਂ ਦੇ ਵਿੱਚ ਕਿ ਪੰਜਾਬ ਵਿਧਾਨ ਸਭਾ ਤੋਂ ਪਹਿਲਾਂ ਤੇ ਫੇਰ ਵੀ ਕੁਝ ਖਾਸ ਮੌਕੇ ਤੇ ਜਿਹੜੀ ਉਸ ਨੂੰ ਇਸ ਤਰ੍ਹਾਂ ਰਿਹਾਈ ਉਹਦੀ ਜਿਹੜੀ ਹੁੰਦੀ ਹੈ ਉਸ ਨੂੰ ਰਾਜਨੀਤੀ ਦੇ ਨਾਲ ਜੋੜ ਕੇ ਵੇਖਿਆ ਜਾਂਦਾ ਹੈ ਕਾਨੂੰਨ ਆਪਣਾ ਕੰਮ ਕਰਦਾ ਹੈ ਕਾਨੂੰਨ ਦੀ ਆਪਣੀ ਜਗ੍ਹਾ ਕਾਨੂੰਨ ਨੂੰ ਚੈਲੰਜ ਅਸੀਂ ਵੀ ਨਹੀਂ ਕਰ ਰਹੇ ਪਰ ਵਿਰੋਧੀ ਇਹ ਕਹਿੰਦੇ ਨੇ ਕਿ ਭਾਜਪਾ ਇਸ ਨੂੰ ਆਪਣੇ ਸਿਆਸੀ ਸਿਆਸੀ ਮੰਤਵ ਲਈ ਵਰਤ ਰਹੀ ਹੈ ਹੁਣ ਤੁਸੀਂ ਦੇਖੋ ਜੇ ਵਿਰੋਧੀਆਂ ਨੇ ਕੋਈ ਦੋਸ਼ ਲਾਇਆ ਤੇ ਜੁਪੀ ਚ ਜਾ ਕੇ ਬਗਬਦ ਦੇ ਆਪਣੇ ਆਸ਼ਰਮ ਦੇ ਵਿੱਚ ਇਹ ਸਿੱਧਾ ਉਸ ਨੇ ਆਪਣੇ ਪ੍ਰੇਮੀਆਂ ਨੂੰ ਜਿਹੜਾ ਸੰਬੋਧਨ ਕੀਤਾ ਸਮਰਥਕਾਂ ਨੂੰ ਦਰਸ਼ਨ ਚਲਤੇ ਰਹੇਗੇ ਬਾਤیں ਹੋਤੀ ਰਹਿंगी ਸਾਰੀ ਬਾਤیں ਕਰੇਗੇ ਆਪਸੇ ਲੇਕਿਨ ਆਪਨੇ ਮੰਨਨੀ ਹੈ ਬਾਤ ਅਮੇ ਪਤਾ ਹੈ ਕਹਿਨੇ ਕੀ ਜ਼ਰੂਰਤ ਨਹੀਂ ਇਤਨੀ ਬਾਾਰ ਜ਼ਿੰਮੇਵਾਰ ਆਪਕੋ ਜੈਸਾ ਕਹੇਗੇ ਉਸਕੇ ਅਕੋਰਡਿੰਗ ਆਪ ਲੋਗੋਨੇ ਚਲਨਾ ਹੈ ਹਰਿਆਣੇ ਦੇ ਵਿੱਚ ਆਦਮਪੁਰ ਵਿਧਾਨ ਸਭਾ ਹਲਕੇ ਦੀ ਉਪ ਚੋਣ ਤੇ ਪੰਚਾਇਤ ਚੋਣਾ ਦਾ ਵਿਗਲ ਬਜਿਆ ਹੋਇਆ ਔਰ ਉਥੇ ਕੰਮ ਚੱਲ ਰਿਹਾ ਇਸ ਸੰਦਰਭ ਦੇ ਵਿੱਚ ਬਾਬੇ ਨੇ ਕਿਹੜਾ ਸੰਦੇਸ਼ ਦੇਣਾ ਦਰਸ਼ਨ ਕਰਨੇ ਨੇ ਨਾਮ ਚਰਚਾ ਕਰਨੀ ਹੈ ਕੀ ਕਹਿਣਾ ਅੰਦਰਵਾੜ ਕੇ ਕਹਿਣਾ ਜਾਂ ਜ਼ਿੰਮੇਵਾਰਾਂ ਤੋਂ ਕਹਣਾ ਕਿ ਵੋਟ ਕਿਹਨੂੰ ਪਾਉਣੀ ਕਿਸ ਤਰ੍ਹਾਂ ਪਾਉਣੀ ਹੈ ਇਹ ਵਿਰੋਧੀਆਂ ਨੂੰ ਫੇਰ ਇੱਕ ਵਾਰੀ ਗੱਲ ਕਹਿਣ ਦਾ ਮੌਕਾ ਮਿਲ ਗਿਆ ਹੁਣ ਉਹ ਕਿਸ ਤਰ੍ਹਾਂ ਦੀਆਂ ਗੱਲਾਂ ਕਰਦਾ ਬਾਬਾ ਪਿਛਲੀ ਵਾਰੀ ਦੀ ਜਿਹੜੀ ਉਸ ਦੀ ਜਿਹੜੀਆਂ ਰਿਹਾਈਆਂ ਸਨ ਉਹਨਾਂ ਨਾਲੋਂ ਕੀ ਫਰਕ ਇਸ ਵਾਰੀ ਹੁੰਦਾ ਜੋ ਸਿਰਸੇ ਨਹੀਂ ਜਾਂਦਾ ਤਾਂ ਬਾਗਬੱਦ ਦੇ ਵਿੱਚੋਂ ਕਿਸ ਤਰ੍ਹਾਂ ਦਾ ਕੀ ਉੱਥੇ ਵੱਡਾ ਡੇਰਾ ਹੁਣ ਬਣਾ ਦਿੱਤਾ ਜਾਵੇਗਾ ਇਹ ਸਾਰੀਆਂ ਗੱਲਾਂ ਜਿਹੜੀਆਂ ਇਹਨਾਂ ਦੇ ਜਵਾਬ ਭਵਿੱਖ ਦੇ ਗਰਭ ਦੇ ਵਿੱਚ ਲੁਕੇ ਹੋਏ ਨੇ ਇੱਕਲ ਮੈਂ ਇੱਥੇ ਜਾਦ ਕਰਾ ਦੇਵਾਂ ਕਿ ਜਦੋਂ ਬਾਬਾ ਲਾਸ ਜਿਹੜਾ ਆਖਰੀ ਵਾਰੀ ਜੂਨ ਮਹੀਨੇ ਦੇ ਵਿੱਚ ਵਾਪਸ ਗਿਆ ਸੀ ਤੇ ਰੌਲਾ ਪੈ ਗਿਆ ਸੀ ਕਿ ਕੋਈ ਨਕਲੀ ਬਾਬਾ ਸਾਨੂੰ ਫੜਾ ਦਿੱਤਾ ਗਿਆ ਇਹ ਤੇ ਉਹ ਬਾਬਾ ਹੀ ਨਹੀਂ ਜਿਹੜਾ ਇੱਥੋਂ ਰਿਹਾ ਹੋ ਕੇ ਗਿਆ ਸੀ ਸ਼ਾਇਦ ਉਸ ਦੀ ਕਾਰਬਨ ਕਾਪੀ ਜਿਹੜੀ ਹੈ ਜੇਲ੍ਹ ਦੇ ਵਿੱਚ ਆ ਗਈ ਤੇ ਬਾਬਾ ਕਿਤੇ ਬਾਹਰ ਘੁੰਮ ਰਿਹਾ ਪਰ ਉਸ ਉਸ ਗੱਲ ਦੇ ਵਿੱਚ ਕੋਈ ਸ਼ਾਇਦ ਕੋਈ ਇਸ ਤਰ੍ਹਾਂ ਦਾ ਕੋਈ ਸਬੂਤ ਵਗੈਰਾ ਜਾਂ ਕੋਈ ਹੋਰੀਆਂ ਗੱਲਾਂ ਨਹੀਂ ਸਨ ਪਰ ਹੁਣ ਬਾਬਾ ਇੱਕ ਵਾਰੀ ਫੇਰ ਆਜ਼ਾਦ ਹਵਾਵਾਂ ਦੇ ਵਿੱਚ ਫਜ਼ਾਮਾਂ ਦੇ ਵਿੱਚ ਘੁੰਮ ਰਿਹਾ ਕਾਨੂੰਨ ਮੁਤਾਬਕ ਉਹ ਕੈਦੀਆਂ ਨੂੰ ਇਸ ਤਰ੍ਹਾਂ ਦੀਆਂ ਸਹੂਲਤਾਂ ਜਿਹੜੀਆਂ ਨੇ ਉਹ ਹੁੰਦੀਆਂ ਨੇ ਫਿਰ ਉਹ ਪਰੋਲ ਤੇ ਫਰਲੋ ਦੇ ਅੰਤਰ ਵੀ ਮੈਂ ਕੁਝ ਆਪਣੇ ਵੱਲੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਜ਼ਿਆਦਾ ਕਾਨੂੰਨ ਦੇ ਬਰੀਕ ਨੁਕਤੇ ਹੁੰਦੇ ਨੇ ਪਰ ਗੱਲ ਇਹ ਹੈ ਕਿ ਇੱਕ ਵਾਰੀ ਫੇਰ ਉਹ ਆਪਣੇ ਪ੍ਰੇਮੀਆ ਨੂੰ ਸੰਬੋਧਨ ਕਰੇਗਾ ਹੁਣ ਤੁਸੀਂ ਗੱਲ ਕੀਤੀ ਹੈ ਕਿ ਕੌਣ ਕੀ ਬੋਲ ਰਿਹਾ ਜਿਵੇਂ ਕਿ ਦੱਸਿਆ ਕਿ ਬਲਜੀਤ ਸਿੰਘ ਦਾਦੂਵਾਲ ਹੋਣਾ ਨੇ ਜਿਹੜਾ ਇਸ ਦਾ ਵਿਰੋਧ ਕੀਤਾ ਕਿ ਨਹੀਂ ਇਸ ਨੂੰ ਇਸ ਤਰ੍ਹਾਂ ਮਿਲਣਾ ਚਾਹੀਦੀ ਪਰੋਲ ਤੇ ਉਹਨਾਂ ਨੇ ਵੀ ਗੱਲ ਕੀਤੀ ਹੈ ਤੇ ਜਿਹੜੇ ਸ਼੍ਰੋਮਣੀ ਕਮੇਟੀ ਵੱਲੋਂ ਪਰਸੋਂ ਹੀ ਜਦੋਂ ਉਸਦੀ ਖਬਰ ਆ ਰਹੀ ਸੀ ਕਿ ਉਸ ਨੂੰ ਪ੍ਰੋਲ ਮਿਲ ਸਕਦੀ ਹੈ ਜਾਂ ਫਰਲੋ ਮਿਲ ਸਕਦੀ ਹੈ ਤੇ ਉਹ ਉਸ ਉਦੋਂ ਹੀ ਵਿਰੋਧ ਕੀਤਾ ਸੀ ਕਿ ਇਹ ਨੂੰ ਨਹੀਂ ਮਿਲਣੀ ਚਾਹੀਦੀ ਕਾਤਲ ਹੈ ਬੁਲਾਤਕਾਰੀ ਹੈ ਤੇ ਪਰ ਗੱਲ ਇਹ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਵੀ ਗਿਆਨੀ ਹਰਪ੍ਰੀਤ ਸਿੰਘ ਹੋਣਾ ਵੱਲੋਂ ਵੀ ਵਿਰੋਧ ਜ਼ਾਹਰ ਕੀਤਾ ਗਿਆ ਉਹਨਾਂ ਦੀ ਗੱਲ ਅਸੀਂ ਜਿਹੜੀ ਆਪਣੇ ਤੌਰ ਤੇ ਬਾਅਦ ਵਿੱਚ ਕਰਦੇ ਹਾਂ ਲੇਕਿਨ ਹਰਜੀਤ ਸਿੰਘ ਗਰੇਵਾਲ ਜੜੇ ਨੇ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਉਲਟਾ ਪੈ ਨਿਕਲੇ ਨੇ ਉਹ ਕਹਿੰਦੇ ਨੇ ਕਿ ਤੁਹਾਡਾ ਜ਼ਿੰਮੇਵਾਰ ਉਹਦਾ ਹੈ ਲੋਕ ਤੁਹਾਡੇ ਕੋਲੋਂ ਪ੍ਰੇਰਣਾ ਲੈਂਦੇ ਨੇ ਤੇ ਤੁਹਾਨੂੰ ਇਸ ਤਰ੍ਹਾਂ ਦੀ ਗੱਲ ਨਹੀਂ ਕਰਨੀ ਚਾਹੀਦੀ ਜੇ ਕਿਸੇ ਨੂੰ ਕੋਈ ਤਕਲੀਫ ਹੈ ਤੇ ਕਾਨੂੰਨ ਕੋਲ ਜਾ ਸਕਦਾ ਸਿੱਧਾ ਉਹਨਾਂ ਨੇ ਕਿਹਾ ਕਿ ਕਾਨੂੰਨ ਨੇ ਉਹਨਾਂ ਨੂੰ ਦਿੱਤੀ ਹੈ ਤੇ ਬਾਬੇ ਦਾ ਵੀ ਹੱਕ ਹੈ ਪਹਿਲਾਂ ਵੀ ਉਹਨਾਂ ਨੇ ਇੱਕ ਐਸੀ ਵਾਰੀ ਨਹੀਂ ਪਹਿਲਾਂ ਵੀ ਜਦੋਂ ਰਿਹਾਈ ਹੋਈ ਸੀ ਬਾਬੇ ਦੀ ਤੇ ਉਦੋਂ ਵੀ ਇਹੋ ਹੀ ਬਿਆਨ ਜਿਹੜੇ ਸੀ ਹਰਜੀਤ ਸਿੰਘ ਗਰੇਵਾਲ ਨੇ ਹਾਲਾਂਕਿ ਕਾਲ ਤਖਤ ਸਾਹਿਬ ਤੇ ਜਥੇਦਾਰ ਨੂੰ ਉਹਨਾਂ ਨੇ ਨਾਮ ਨਹੀਂ ਸੀ ਲਿਆ ਪਰ ਇਸ ਵਾਰੀ ਉਹਨਾਂ ਨੂੰ ਵਿਚ ਲਪੇਟਿਆ ਔਰ ਉਦੋਂ ਵੀ ਉਹਨਾਂ ਨੇ ਕਿਹਾ ਸੀ ਹਰਜੀਤ ਸਿੰਘ ਗਰੇਵਾਲ ਨੇ ਕਿ ਕਿਸੇ ਨੂੰ ਤਕਲੀਫ ਹੈ ਤੇ ਕਾਨੂੰਨ ਨਾਲ ਗੱਲ ਕਰ ਸਕਦਾ ਹੈ ਬਾਬੇ ਦਾ ਕਾਨੂੰਨੀ ਹੱਕ ਹੈ ਪਰ ਹੁਣ ਅਸੀਂ ਹੋਰ ਪਿੱਛੇ ਜਾਂਦੇ ਹਾਂ ਸਲਾਵਤਪੁਰੇ ਦੇ ਵਿੱਚ ਜਨਵਰੀ ਦੇ ਵਿੱਚ ਇੱਕ ਵੱਡਾ ਇਕੱਠ ਹੁੰਦਾ ਹੈ ਪੰਜਾਬ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਡੇਰਾ ਹੈ ਸੌਦਾ ਸਾਧਾ ਸਲਾਵਤਪੁਰੇ ਦੇ ਵਿੱਚ ਸਿਰਸਾ ਮੁਖੀ ਦੇ ਤੇ ਹਾਜ਼ਰੀ ਭਰ ਜਾਂਦੇ ਨੇ ਡੇਰੇ ਦੇ ਵਿੱਚ ਕੈਬਨਿਟ ਮੰਤਰੀ ਵਿਜੇਂਦਰ ਸਿੰਘਲਾ ਫਾਰਮਰ ਨਿਸਾਬ ਦਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਧ ਭਾਜੀਪੀ ਦੇ ਵੱਡੇ ਜਿਹੜੇ ਰਾਸ਼ਟਰੀ ਆਗੂ ਜਿਹੜੇ ਅੱਜਕੱਲ੍ਹ ਖੋਹਦੇ ਨੇ ਸਰਜੀਤ ਜਿਆਣੀ ਤੇ ਹਰਜੀਤ ਸਿੰਘ ਗਰੇਵਾਲ ਉਥੇ ਪ੍ਰੇਮੀਆਂ ਦੇ ਰੂਪ ਵਿੱਚ ਬੈਠੇ ਥੱਲੇ ਵਿਖੇ ਗਏ ਔਰ ਉਹਨਾਂ ਨੇ ਆਪਣੀ ਪ੍ਰੈਜ਼ੈਂਸ ਜਿਹੜੀ ਸੀ ਲਵਾਈ ਕਿਉਂਕਿ ਇਲੈਕਸ਼ਨ ਸੀ ਪੰਜਾਬ ਦੇ ਵਿੱਚ ਬੜੇ ਜ਼ੋਰਦਾਰ ਤਰੀਕੇ ਨਾਲ ਕੰਪੇਨਿੰਗ ਹੋ ਰਹੀ ਸੀ ਤੇ ਜ਼ਾਹਿਰਾ ਤੌਰ ਤੇ ਬਾਬੇ ਦੇ ਕੋਲੋਂ ਅਸ਼ੀਰਵਾਦ ਲੈਣਾ ਉਹਨਾਂ ਨੇ ਬਹੁਤ ਜ਼ਰੂਰੀ ਸਮਝਿਆ ਉਹ ਅਸ਼ੀਰਵਾਦ ਕਿਸੇ ਕਮਨਾ ਆਇਆ ਸਾਨੂੰ ਸਾਰਿਆਂ ਨੂੰ ਪਤਾ ਹੈ ਪਰ ਗੱਲ ਇਹ ਹੈ ਕਿ ਹਰਜੀਤ ਸਿੰਘ ਗਰੇਵਾਲ ਜਿਨ੍ਹਾਂ ਦੀ ਪ੍ਰਸਿੱਧੀ ਜਿਹੜੀ ਹੈ ਭਾਵੇਂ ਉਹ ਕਹਿੰਦੇ ਨੇ ਕਿ ਮੈਂ ਬੀਜੇਪੀ ਦੀ ਰਾਸ਼ਟਰੀ ਕਾਰਜਕਾਰਨੀ ਦੇ ਨਾਲ 17-18 ਸਾਲ ਤੋਂ ਜੁੜਿਆ ਹੋਇਆ ਹਾਂ ਪਰ ਉਹਨਾਂ ਦੇ ਨਾਮ ਨੂੰ ਇਨਾ ਜ਼ਿਆਦਾ ਲੋਕ ਜਾਣਦੇ ਨੇ ਸੀ ਜਿੰਨਾ ਕਿਸਾਨ ਅੰਦੋਲਨ ਦੇ ਵਿੱਚ ਮਸ਼ਹੂਰ ਹੋਏ ਨੇ ਕਿਸਾਨ ਅੰਦੋਲਨ ਦੇ ਵਿੱਚ ਉਹਨਾਂ ਨੇ ਜੋ ਨਾ ਸੋ ਆਖਿਆ ਕਦੇ ਸ਼੍ਰੋਮਣੀ ਕਮੇਟੀ ਨੂੰ ਕਦੇ ਕਾਲੀ ਦਲ ਨੂੰ ਕਦੇ ਕਾਂਗਰਸ ਸਰਕਾਰ ਨੂੰ ਕਹਿੰਦੇ ਸੀ ਕਿ ਇਹ ਕਿਸਾਨ ਅੰਦੋਲਨ ਨੂੰ ਸਰਕਾਰਾਂ ਹਵਾ ਦੇ ਰਹੀਆਂ ਨੇ ਇਹ ਸ਼੍ਰੋਮਣੀ ਕਮੇਟੀ ਰਾ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਨਾਲ ਕਦੇ ਹਰਜੀਤ ਸਿੰਘ ਗਰੇਵਾਲੇ ਵੀ ਕਹਿੰਦੇ ਸੀ ਕਿ ਇਹਨਾਂ ਨੂੰ ਪੈਸਾ ਦੇਖੋ ਕਿੱਥੋਂ ਆ ਰਿਹਾ ਹੈ ਇਹ ਕਿਸਾਨ ਨਹੀਂ ਹੈ ਇਹ ਫਰਾਡੀਆਂ ਨੇ ਇਹ ਵੱਡੇ ਨੇ ਵੱਡੇ ਵੱਡੇ ਲੋਕ ਨੇ ਅਮੀਰ ਜ਼ਾਦੇ ਨੇ ਸਾਰੇ ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਇਹਦਿਆਂ ਖਾਮਿਆਜ਼ਾ ਹਰਜੀਤ ਗਰੇਵਾਲ ਨੂੰ ਵੀ ਜਿਹੜਾ ਭੁਗਤਣਾ ਪਿਆ ਸੋਸ਼ਲ ਬਾਈਕਾਟ ਦੀਆਂ ਗੱਲਾਂ ਚੱਲੀਆਂ ਝੋਨਾ ਵਾਅਦਾ ਦਿੱਤਾ ਗਿਆ ਉਹਨਾਂ ਦਾ ਲੇਕਿਨ ਉਹ ਹਟੇ ਨਹੀਂ ਤੇ ਉਹਨਾਂ ਨੂੰ ਇਹੋ ਜਿਹੀ ਵਜੋਂ ਭਾਜਪਾ ਦੇ ਵਿੱਚ ਚੰਗੇ ਆਉਦਿਆਂ ਨਾਲ ਹੁਣ ਨਵਾਜਿਆ ਜਾਂਦਾ ਹਾਲਾਂਕਿ ਵਿਧਾਨ ਸਭਾ ਦੇ ਵਿੱਚ ਉਹਨਾਂ ਨੂੰ ਟਿਕਟ ਜਿਹੜੀ ਸੀ ਦਿੱਤੀ ਨਹੀਂ ਗਈ ਜਾਂ ਉਹਨੇ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਸ਼ਾਇਦ ਉਹਨਾਂ ਨੂੰ ਵਿਰੋਧਤਾ ਦਾ ਅਭਾਸ ਹੋਵੇ ਕਿ ਵਿਰੋਧਤਾ ਬਹੁਤ ਵੱਡੇ ਪੱਧਰ ਤੇ ਹੋ ਸਕਦੀ ਹੈ ਸੋ ਹਰਜੀਤ ਸਿੰਘ ਗਰੇਵਾਲ ਕੰਟਰੋਵਰਸ਼ੀਅਲ ਬਿਆਨ ਜਿਹੜੇ ਨੇ ਵਿਵਾਦਗ੍ਰਸਤ ਬਿਆਨ ਉਦੰਦਰਨੈਟ ਇੱਥੇ ਜਿਹੜੀ ਉਹ ਗੱਲ ਉਹਨਾਂ ਨੇ ਬੋਲੀ ਐ ਨਾਲ ਬਾਬੇ ਦੇ ਹੱਕ ਵਿੱਚ ਵੀ ਬੋਲੀ ਐ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਲੋਕ ਜੁੜੇ ਹੋਏ ਨੇ ਤੇ ਉਸ ਦਾ ਕਾਨੂੰਨ ਨੂੰ ਕੋਈ ਖਤਰਾ ਨਹੀਂ ਐ ਬਾਬੇ ਦਾ ਮੈਂ ਉਹਨਾਂ ਦੀ ਇਸ ਗੱਲ ਤੋਂ ਬੜਾ ਹੈਰਾਨ ਆ ਕਿ ਇੱਕ ਕ੍ਰਿਮੀਨਲ ਜਿਹੜਾ ਇਸ ਤਰ੍ਹਾਂ ਦੇ ਕਨਾਉਣੇ ਅਪਰਾਧਾਂ ਦੇ ਕੇਸ ਦੇ ਵਿੱਚ ਸਜ਼ਾ ਭੁਗਤ ਰਿਹਾ ਵੀ ਤਾਂ ਹੋਰ ਪਤਾ ਨਹੀਂ ਕਿੰਨੇ ਕੇਸ ਉਸ ਤੇ ਬਣੇ ਹੋਏ ਹੋਣ ਇਸ ਤਰ੍ਹਾਂ ਦੇ ਤੇ ਇੰਨੀ ਭੈੜੀ ਕਿਸਮ ਦੀ ਸਜ਼ਾ ਉਸ ਨੂੰ ਹੋਈ ਹੋਵੇ ਤੇ ਕਾਨੂੰਨ ਨੂੰ ਖਤਰਾ ਕਿਵੇਂ ਨਹੀਂ ਹੁੰਦਾ ਜੇ ਅੱਜ ਉਹ ਬਾਹਰ ਇਹ ਖਤਰਾ ਕਿਵੇਂ ਇਹ ਕਹੋ ਚਲੋ ਕਾਨੂੰਨ ਨੇ ਇਹਨਾਂ ਗੱਲਾਂ ਦਾ ਪੱਖ ਵੇਖਿਆ ਹੋਵੇਗਾ ਸਾਰੀਆਂ ਗੱਲਾਂ ਦੀਆਂ ਕੰਡੀਸ਼ਨਲਆਂ ਲਾਈਆਂ ਹੋਣਗੀਆਂ ਪਰ ਹਰਜੀਤ ਸਿੰਘ ਗਰੇਵਾਲ ਕਿਸ ਤਰ੍ਹਾਂ ਸਰਟੀਫਿਕੇਟ ਦੇ ਸਕਦੇ ਨੇ ਇਸ ਗੱਲ ਦਾ ਮੈਨੂੰ ਅੰਦਾਜ਼ਾ ਨਹੀਂ ਹੁਣ ਗੱਲ ਕਰਦੇ ਆ ਕਿ ਹਰਜੀਤ ਸਿੰਘ ਗਰੇਵਾਲ ਤੋਂ ਬਾਅਦ ਜਿਹੜਾ ਪੱਖ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸ਼੍ਰੀ ਕਲਤਖਬ ਸਾਹਿਬ ਦੇ ਜਥੇਦਾਰ ਸਾਹਿਬ ਗੱਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਦਾ ਹਰਜਿੰਦਰ ਸਿੰਘ ਧਾਮੀ ਜਾਂ ਗਿਆਨੀ ਹਰਪ੍ਰੀਤ ਸਿੰਘ ਦੀ ਨਹੀਂ ਹੈ ਗੱਲ ਅਹੁਦਿਆਂ ਦੀ ਹੈ ਇਹਨਾਂ ਅਹੁਦਿਆਂ ਤੋਂ ਇਸ ਬਾਬੇ ਬਾਰੇ ਕੀ ਹੁੰਦਾ ਰਿਹਾ ਪਹਿਲਾਂ ਤੋਂ ਹੁਣ ਜੇ ਅਸੀਂ ਬਹੁਤ ਪਿੱਛੇ ਲੈ ਜਾਈਏ ਜਦੋਂ ਸਵਾਗ ਰਚਣ ਦਾ ਦੋਸ਼ ਲੱਗਦਾ ਹੈ ਪੰਜਾਬ ਦੀ ਪ੍ਰਮੁੱਖ ਅਖਬਾਰ ਦੇ ਵਿੱਚ ਉਹ ਇਸ਼ਤਿਹਾਰ ਲੱਗਦਾ ਉਸ ਪ੍ਰਮੁੱਖ ਅਖਬਾਰ ਦੀ ਨੇੜਤਾ ਜਿਹੜੀ ਆਕਾਲੀ ਦਲ ਦੇ ਨਾਲ ਹੈ ਕੀ ਕੋਈ ਇਹ ਸਵਾਲ ਪੁੱਛਦਾ ਕਿ ਜੇ ਬਾਬੇ ਦੇ ਸਮਰਥਕਾਂ ਨੇ ਉਹ ਪੋਸਟਰ ਛਪਵਾਉਣ ਲਈ ਅਖਬਾਰ ਨੂੰ ਦੇ ਦਿੱਤਾ ਤਾਂ ਅਖਬਾਰ ਨੇ ਉਸ ਦੀ ਸਕਰੂਟੀਨਾਈਜ਼ ਕਿਉਂ ਨਾ ਕੀਤਾ ਠੀਕ ਉਸੇ ਤਰ੍ਹਾਂ ਜਿਹੜੀ ਮੈਂ ਜਾਣਕਾਰੀ ਹਾਲਾਂਕਿ ਜੁੜੀ ਹੋਈ ਨਹੀਂ ਹੈ ਕਿ ਕੋਈ ਦਿਨ ਪਹਿਲਾਂ ਜਿਹੜੀ ਜਾਣਕਾਰੀ ਕਿ ਪੋਸਟਰ ਇੱਕ ਛਾਪਿਆ ਗਿਆ ਕਿ ਬਠਿੰਡੇ ਦੇ ਇੱਕ ਹੋਟਲ ਦੇ ਵਿੱਚ ਸੁੰਦਰਤਾ ਦੇ ਮੁਕਾਬਲੇ ਕਰਵਾਉਣੇ ਨੇ ਉਹਨਾਂ ਲੜਕੀਆਂ ਨੂੰ ਵਿਦੇਸ਼ ਭੇਜਿਆ ਜਾਵੇਗਾ ਸ਼ਾਦੀਆਂ ਹੋਣਗੀਆਂ ਤੇ ਉਸ ਵਿੱਚ ਅਖਬਾਰ ਦੀ ਤੇ ادارے ਦੀ ਵੀ ਤਾਂ ਰਿਸਪੋਨਸੀਬਿਲਟੀ ਹੁੰਦੀ ਹੈ ਖੈਰ ਉਹ ਗੱਲ ਨਹੀਂ ਹੋਈ ਪਰ ਉਹ ਗੱਲ ਦੂਸਰਾ ਮੋੜ ਜਿਹੜਾ ਸੀ ਉਸ ਦਾ ਐਂਗਲ ਬਣਦਾ ਗਿਆ ਬਣਦਾ ਗਿਆ ਤੇ ਡੇਰਾ ਮੁਖੀ ਦੇ ਖਿਲਾਫ ਜਿਹੜਾ ਸੀ ਸਾਧ ਸੰਗਤ ਦਾ ਜਾਂ ਸਿੱਖਾਂ ਦਾ ਰੋਸ ਵਧ ਗਿਆ ਦੇਸ਼ ਵਿਦੇਸ਼ ਦੇ ਵਿੱਚ ਵਧਿਆ ਪਰ ਉਹ ਉਨੀ ਦੇਰ ਤੱਕ ਸਿੱਖਾਂ ਦੀ ਕਿਸੇ ਨੇ ਗੱਲ ਨਹੀਂ ਸੁਣੀ ਜਿੰਨੀ ਦੇਰ ਤੱਕ ਬਾਬਾ ਆਪਣੀਆਂ ਕਰਤੂਤਾਂ ਕਰਕੇ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਨਹੀਂ ਪਹੁੰਚ ਗਿਆ ਤੇ ਮੈਂ ਇਹ ਸਵਾਲ ਜਿਹੜਾ ਮੈਂ ਸੁਪਰੀਨ ਉੱਥੇ ਵਾਪਸ ਆਉਣਾ ਚਾਹੁੰਦਾ ਕਿ ਕਿ ਜਦੋਂ ਅਕਾਲ ਤਖਤ ਸਾਹਿਬ ਦੇ ਜਿਹੜੇ ਅਹੁਦੇ ਦੀ ਅਸੀਂ ਗੱਲ ਕਰਦੇ ਆ ਕਿ ਇਸੇ ਅਹੁਦੇ ਤੋਂ ਗਿਆਨੀ ਹਰਪ੍ਰੀਤ ਸਿੰਘ ਤੋਂ ਪਹਿਲਾਂ ਗਿਆਨੀ ਗੁਰਪ੍ਰੀਤ ਸਿੰਘ ਨੇ ਮਾਫੀ ਨਹੀਂ ਸੀ ਦਿੱਤੀ ਸੌਦਾ ਸਾਧ ਨੂੰ ਉਹ ਮਾਫੀ ਵਾਪਸ ਕਿਉਂ ਲੈ ਗਈ ਸੀ ਦਵਾਹੇਟ ਸਾਰਿਆਂ ਨੂੰ ਪਤਾ ਐਸ ਗੱਲ ਦਾ ਜਦੋਂ ਸੰਗਤ ਨੇ ਰੋਸ ਜ਼ਾਹਰ ਕੀਤਾ ਇੱਕ ਦਿਨ ਦੋ ਦਿਨ ਫਿਰ ਜਾ ਕੇ ਮਾਫੀ ਵਾਪਸ ਲੈ ਲਈ ਨਾ ਮਾਫੀ ਦੇਣ ਦਾ ਕੋਈ ਕਾਰਨ ਸੀ ਤੇ ਨਾ ਮਾਫੀ ਵਾਪਸ ਲੈਣ ਦਾ ਕੋਈ ਕਾਰਨ ਦੱਸਿਆ ਗਿਆ ਅੱਜ ਤੱਕ ਜੀ ਜੀ ਇਸੇ ਤਰ੍ਹਾਂ ਹੀ ਸ਼੍ਰੋਮਣੀ ਕਮੇਟੀ ਵੀ ਜੇ ਅੱਜ ਇਸ ਨੂੰ ਕੋਈ ਰਾਜਸੀ ਜਿਹੜਾ ਨੁਕਤੇ ਵਜੋਂ ਵੇਖ ਰਹੀ ਹੈ ਤੇ ਮੈਂ ਉੱਥੇ ਉਹਨਾਂ ਨੂੰ ਮੈਂ ਬਹੁਤਾ ਸਹਿਮਤ ਨਹੀਂ ਉਹਨਾਂ ਨਾਲ ਠੀਕ ਹੈ ਉਹਨਾਂ ਨੂੰ ਗੱਲਾਂ ਸਾਰੀਆਂ ਸਮਝਣੀਆਂ ਚਾਹੀਦੀਆਂ ਨੇ ਹਾਂ ਇਸ ਹੱਦ ਤੱਕ ਮੈਂ ਜ਼ਰੂਰ ਸਹਿਮਤ ਹਾਂ ਕਿ ਜਿਹੜੀ ਬੰਦੀ ਸਿੰਘਾਂ ਦੀ ਗੱਲ ਜਿਹੜੀ ਹੈ ਕੀਤੀ ਜਾ ਰਹੀ ਹੈ ਕਿ ਕੱਲ੍ਹ ਤੱਕ ਸਭ ਦੇ ਜ਼ਿੰਮੇਵਾਰ ਨੇ ਕਿਹਾ ਕਿ ਇੱਕ ਬਲਾਤਕਾਰੀ ਸਾਥ ਤੇ ਇੱਕ ਕਾਤਲ ਸਾਥ ਜਿਹੜਾ ਉਹ ਉਸ ਨੂੰ ਇਸ ਤਰ੍ਹਾਂ ਪਰੋਲ ਦਿੱਤੀ ਜਾ ਰਹੀ ਹੈ ਤੇ ਜਿਹੜੇ ਰਿਹਾਈ ਉਹ ਜਿਹੜੇ سزا ਪੂਰੀ ਕਰ ਚੁੱਕੇ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਕਿਉਂ ਨਹੀਂ ਅਜੇ ਤੱਕ ਹੋਈ ਸੋ ਇਹ ਗੱਲਾਂ ਪਰਸਪਰ ਨੇ ਦੋਵੇਂ ਜਿਹੜੀਆਂ ਨੂੰ ਦੋਵੇਂ ਜਿਹੜੀਆਂ ਨੇ ਅਸੀਂ ਇਹਨਾਂ ਨੂੰ ਦੇਖ ਸਕਦੇ ਹਾਂ ਨਾਪ ਸਕਦੇ ਹਾਂ ਕਿ ਇਹ ਕਿਵੇਂ ਕਿਸ ਤਰ੍ਹਾਂ ਕਿਹੜੇ ਮੌਕੇ ਤੇ ਪੈਂਤਲੇ ਬਦਲ ਲੈ ਜਾਂਦੇ ਨੇ ਇਹ ਉਹੀ ਸੀਟ ਆ ਹੈਗੀ ਸੀ ਜੀ 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 ਬੋਲੋ ਮੈਂ ਕਿਹਾ ਇੱਕ ਗੱਲ ਮੈਂ ਹੋਰ ਵੀ ਕਰਨਾ ਚਾਹੁੰਦੀ ਆ ਕਿ ਇੱਕ ਪਾਸੇ ਤੇ ਜਿਹੜੇ ਡੇਰਾ ਪ੍ਰੇਮੀ ਨੇ ਉਹਨਾਂ ਦੇ ਸਵੇਰ ਦੇ ਪੈਰ ਸੁੱਜ ਗਏ ਨੇ ਨੱਚ-ਨੱਚ ਕੇ ਵੀ ਸਾਡਾ ਬਾਬਾ ਜੀ ਬਾਹਰ ਆ ਰਿਹਾ ਦੂਜੇ ਪਾਸੇ ਅੰਸ਼ੂਲ ਛਤਰਪਤੀ ਨੇ ਬੜੇ ਸਵਾਲ ਖੜੇ ਕਰਦੇ ਨੇ ਸਰਕਾਰ ਤੇ ਸਵਾਲ ਖੜੇ ਕਰਦੇ ਨੇ ਨਾਲ ਹੀ ਉਹ ਕਹਿੰਦੇ ਨੇ ਕਿ ਇਹਦੇ ਪਿੱਛੇ ਡੇਰੇ ਦੀ ਕੋਈ ਸਾਜ਼ਿਸ਼ ਹੈ ਦੇਖੋ ਅੰਸ਼ੂਲ ਛਤਰਪਤੀ ਉਸ ਮਾਨਮਤੇ ਪੱਤਰਕਾਰ ਦਾ ਬੇਟਾ ਹੈ ਰਾਮਚੰਦਰ ਛਤਰਪਤੀ ਦਾ ਜਿਸ ਨੇ ਆਪਣੇ ਪੱਤਰਕਾ ਦੇ ਵਿੱਚ ਉਹ ਸਾਧਵੀਆਂ ਦੀਆਂ ਚਿੱਠੀਆਂ ਛਾਪੀਆਂ ਜਿਹੜੀਆਂ ਅਟਲ ਵਿਹਾਰੀ ਬਾਜਪਈ ਨੂੰ ਲਿਖਿਆ ਤਾਂ ਜਿਨ੍ਹਾਂ ਤੇ ਕਾਰਵਾਈ ਹੋਈ ਤੇ ਫਿਰ ਰਾਮ ਰਹੀਮ ਜਿਹੜਾ ਅੰਦਰਾ ਜੋਸ ਉਹਨਾਂ ਉਹਨਾਂ ਚਿੱਠੀਆਂ ਕਰਕੇ ਬੈਠਾ ਰਾਮਚੰਦਰ ਛਤਰਪਤੀ ਹੀ ਸੀ ਜਿਸ ਨੇ ਇਕੱਲੇ ਵਿਅਕਤੀ ਨੇ ਮੋੜ ਬੰਨਿਆ ਸਾਰੀ ਚੀਜ਼ ਦਾ ਤੇ ਡੇਰੇ ਦੇ ਲੋਕਾਂ ਵੱਲੋਂ ਜਾਂ ਡੇਰੇ ਦੇ ਸਮਰਥਕਾਂ ਵੱਲੋਂ ਜਾਂ ਡੇਰੇ ਨਾਲ ਹਮਦਰਦੀ ਰੱਖਣ ਵਾਲਿਆਂ ਵੱਲੋਂ ਬੇਰਹਿਮੀ ਨਾਲ ਉਸ ਨੂੰ ਮਾਰਿਆ ਗਿਆ रामचंद्र ਛਤਰਪਤੀ ਨੂੰ ਸਿਰਸੇ ਦੇ ਵਿੱਚ ਵੀ ਅੱਜ ਉਸਦੇ ਮੁੰਡੇ ਨੇ ਪਰਚਮ ਬੁਲੰਦ ਰੱਖਿਆ ਉਹ ਵਾਰ-ਵਾਰ ਆਵਾਜ਼ ਉਠਾ ਰਿਹਾ ਹੈ ਔਰ ਵੱਡੇ ਪੱਧਰ ਤੇ ਜਿਹੜਾ ਉਹ ਨੂੰ ਰੇਲਵੇ ਵੀ ਮਿਲ ਰਹੀ ਹੈ ਮੈਂ ਸਮਝਦਾ ਕਿ ਉਹਨਾਂ ਨੇ ਲੋਕਾਂ ਦੀ ਆਵਾਜ਼ਾਂ ਨੂੰ ਸੁਣਨਾ ਚਾਹੀਦਾ ਔਰ ਇਹਨੂੰ ਜੇ ਜੋ ਵਿਰੋਧੀ ਕਹਿੰਦੇ ਨੇ ਕੇ ਵਿਰੋਧੀ ਤਰ੍ਹਾਂ ਕਹਿੰਦੇ ਨੇ ਕਿ ਵੋਟਾਂ ਕਰਕੇ ਬਾਬੇ ਨੂੰ ਇਸ ਤਰ੍ਹਾਂ ਛੱਡਿਆ ਜਾਂਦਾ ਕਾਨੂੰਨ ਦਾ ਹਲਾਕੇ ਮਸਲਾ ਇਸ ਦੇ ਕਿੰਤੂ ਪ੍ਰੰਤੂ ਕਰਨਾ ਸਾਡਾ ਫਰਜ਼ ਨਹੀਂ ਹੈ ਪਰ ਸਰਕਾਰਾਂ ਜਦੋਂ ਸਰਕਾਰਾਂ ਦੇ ਬੰਦੇ ਚਾਹੇ ਉਹ ਹਰਿਆਣੇ ਦੇ ਅਨਿਲ ਵੇਜ ਹੋਣ ਪੰਜਾਬ ਦੇ ਹਰਜੀਤ ਗਰੇਵਾਲ ਹੋਣ ਇਹ ਜਦੋਂ ਮੋਹਰਾਂ ਲਾਉਣ ਲੱਗ ਪੈਣ ਉੱਤੇ ਕਿ ਹਾਂ ਹਾਂ ਠੀਕ ਹੈ ਬਿਲਕੁਲ ਠੀਕ ਹੈ ਬਾਬੇ ਦਾ ਕੋਈ ਖਤਰਾ ਨਹੀਂ ਤੇ ਉੱਥੇ ਹਾਜ਼ਰੀਆਂ ਭਰਨ ਉਹਨਾਂ ਦੇ ਜਾ ਕੇ ਸਮਾਗਮਾਂ ਦੇ ਵਿੱਚ ਫੇਰ ਸ਼ੱਕਤੇ ਹੁੰਦੀ ਹੈ ਬਾਗਪਤ ਕਿਹੜਾ ਦੂਰ ਆ ਪੰਜਾਬ ਦੇ ਲੋਕਾਂ ਨੂੰ ਉੱਥੇ ਜਾ ਕੇ ਹਾਜ਼ਰੀ ਲਵਾਉਣ ਚ ਮੁਸ਼ਕਲ ਕੀ ਪੇਸ਼ ਆਵੇਗੀ ਪਰ ਸਮੱਸਿਆ ਤਾਂ ਇਹ ਹੈ ਕਿ ਪੰਜਾਬ ਦੇ ਕਹਿੰਦੇ ਕਹਾਉਂਦੇ ਜਿਹੜੇ ਲੋਕ ਨੇ ਉਹ ਜਿਹੜੇ ਜਿਹੜੇ ਇੰਨੇ ਨੇ ਲੰਬਾ ਸਮਾਂ ਮੁੱਖ ਮੰਤਰੀ ਰਹੇ ਉਹਨਾਂ ਦੀਆਂ ਫੋਟੋਆਂ ਜਿਹੜੀਆਂ ਨੇ ਉਹ ਦੇਖੀਆਂ ਗਈਆਂ ਕਿ ਉਹ ਉਹ ਉਹਨਾਂ ਦੇ ਬਾਬੇ ਦੇ ਪੈਰਾਂ ਵਿੱਚ ਬੈਠੇ ਹੋਏ ਸੀ ਤੇ ਸੋ ਉਹਨਾਂ ਉਹਨਾਂ ਨੂੰ ਹੁਣ ਭਾਵੇਂ ਨਾ ਜਾਂਦੇ ਹੁਣ ਜੰਦਰਖਾ ਤੇ ਜਾਂਦੇ ਵੀ ਹੋਣ ਜਾ ਕੇ ਉੱਥੇ ਖੜੇ ਰਹਿੰਦੇ ਨੇ ਬਾਬੇ ਦੇ ਸਾਹਮਣੇ ਹੱਥ ਜੋੜ ਜੋੜ ਕੇ ਤੇ ਅਨਸ਼ੁਲ ਛਤਰਪਤੀ ਦਾ ਜਿਹੜਾ ਦਰਦ ਹੈ ਅੰਦਰਲਾ ਉਹ ਜਾਇਜ਼ ਆ ਬਿਲਕੁਲ ਉਹ ਉਹ ਬਾਬੇ ਦੇ ਵਿੱਚ ਫੋਟੋਆਂ ਵੀ ਆਈਆਂ ਕਰਵਾ ਚੌਥ ਦੀਆਂ ਕਿ ਡੇਰਾ ਪ੍ਰੇਮੀਆਂ ਵੱਲੋਂ ਆਪਣੀਆਂ ਪਤਨੀਆਂ ਦੇ ਨਾਲ ਕਰਵਾ ਚੌਥ ਬਾਬੇ ਦੀ ਫੋਟੋ ਰੱਖ ਕੇ ਬਣਾਇਆ ਗਿਆ। ਜੀ। ਸੋ ਇਹ ਗੱਲਾਂ ਜੋ ਜਦੋਂ ਕਿਸੇ ਦੇ ਮਗਰ ਲੱਗ ਜਾਂਦੇ ਹੋ ਤੁਸੀਂ ਫਿਰ ਉਸ ਦੀਆਂ ਚੰਗੀਆਂ ਮਾੜੀਆਂ ਗੱਲਾਂ ਤੇ ਪਰਦਾ ਪਾਉਣਾ ਤੁਹਾਡਾ ਕੰਮ ਬਣ ਜਾਂਦਾ। ਇਹ ਸਮਝ ਨਹੀਂ ਰਹੇ ਹਜੇ ਲੋਕ ਪਰ ਮੈਂ ਸਮਝਦਾ ਕਿ ਸਜਾ ਜਾਫਤਾ ਵਿਅਕਤੀ ਆ ਉਸ ਨੂੰ ਉਸੇ ਤਰ੍ਹਾਂ ਟ੍ਰੀਟ ਕਰਨਾ ਚਾਹੀਦਾ। ਬਹੁਤਾ ਰਿਐਕਸ਼ਨ ਵੀ ਦੇਣਾ ਜਿਹੜਾ ਸਾਡੀਆਂ ਕਿਸੇ ਵੀ ਸੀਟ ਵੱਲੋਂ ਉਹ ਬਹੁਤਾ ਬਾਜੂ ਮੈਂ ਨਹੀਂ ਸਮਝਦਾ। ਰੁਕ ਕਰਦੇ ਹਾਂ ਅਗਲੇ ਮੁੱਦੇ ਵੱਲ ਗੱਲ ਕਰਦੇ ਹਾਂ ਪੰਜਾਬ ਦੀ ਸਿਆਸਤ ਦੀ ਪਰ ਉਸ ਤੋਂ ਪਹਿਲਾਂ ਲੈ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ ਜਲਦ ਹਾਜ਼ਰ ब्रेक ਤੋਂ ਬਾਅਦ ਪ੍ਰੋਗਰਾਮ ਵਿਚਾਰ ਚਚਾ ਦੇ ਨਾਲ ਜੁੜੇ ਹੋਏ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਇਹ ਸਭ ਗੱਲ ਕਰਦੇ ਆ ਪਾਣੀਆਂ ਦੇ ਰਾਕੇ ਕੈਪਟਨ ਅਮਰਿੰਦਰ ਸਿੰਘ ਦੀ ਅੱਖਾਂ ਜੀਆਂ ਕੱਢ ਰਹੇ ਨੇ ਭਗਵੰਤ ਮਾਨ ਨੂੰ ਲਲਕਾਰਾ ਜਾ ਮਾਰਦੇ ਨੇ ਖੈਰ ਬਣਦਾ ਵੀ ਐ ਹੁਣ ਬੜਕ ਮਾਰਨਾ ਉਹਨਾਂ ਦਾ ਕਿਉਂਕਿ ਅਗਲੇ ਭਾਜਪਾ ਚ ਬੈ ਗਏ ਨੇ ਜਾ ਕੇ ਪਰ ਸਵਾਲ ਮੇਰਾ ਤੁਹਾਨੂੰ ਇਹ ਆ ਕਿ ਕਿਹੜੀ ਗੱਲੋਂ ਫਸਦੇ ਫਿਰਦੇ ਨੇ ਮੁੱਖ ਮੰਤਰੀ ਪੰਜਾਬ ਦੇ ਨਾਲੋਂ ਅਸਲ ਵਿੱਚ ਭਗਵੰਤ ਮਾਨ ਜਦੋਂ ਮਨੋ ਲਾਲ ਖੱਟੜ ਦੇ ਨਾਲ ਮੀਟਿੰਗ ਕਰਨ ਗਏ ਨੇ ਹਰਿਆਣਾ ਭਵਨ ਦੇ ਵਿੱਚ ਐਸਵਾਈਐਲ ਦੇ ਮੁੱਦੇ ਤੇ ਉਸ ਤੋਂ ਪਹਿਲਾਂ ਕੋਸ਼ਿਕ ਨੇ ਤੇ ਅਕਲਾਂ ਦਿੱਤੀਆਂ ਭਗਵੰਤ ਮਾਨ ਨੂੰ ਤੇ ਕੋਸ਼ਿਕ ਤੇ ਇਹੋ ਹੀ ਪੁੱਛਦੇ ਰਿਹਾ ਕਿ ਸਾਨੂੰ ਦੱਸੋ ਉੱਥੇ ਤੁਸੀਂ ਕਹਿਣਾ ਕੀ ਹੈ ਜਲਜੀਤ ਸਿੰਘ ਚੀਮਾ ਤੇ ਸੁਖਵੀਰ ਸਿੰਘ ਬਾਦਲ ਸਾਨੂੰ ਛੇਤੀ ਦੱਸੋ ਤੁਸੀਂ ਉੱਥੇ ਕਿਹੜੀ ਗੱਲ ਕਰਨੀ ਹੈ ਤੁਸੀਂ ਉੱਥੇ ਕੇਜਰੀਵਾਲ ਦੇ ਮਗਰ ਲੱਗ ਕੇ ਪੰਜਾਬ ਦਾ ਨੁਕਸਾਨ ਕਰੋਗੇ ਕੈਪਟਨ ਸਾਹਿਬ ਨੇ ਵੀ ਅਕਲ ਦਿੱਤੀ ਸੀ ਉਹ ਕਹਿੰਦੇ ਸੀ ਕਿ ਤੁਸੀਂ ਇਸ ਤਰੀਕੇ ਨਾਲ ਮੁਦਾਰਕੋ ਰਾਜਾ ਵੜਿੰਗ ਨੇ ਵੀ ਆਪਣੇ ਤਰੀਕੇ ਨਾਲ ਗੱਲ ਕੀਤੀ ਚਲੋ ਪਹਿਲੀ ਤਾਂ ਗੱਲ ਇਹ ਹੈ ਕਿ ਜਦੋਂ ਕਿਸੇ ਨੂੰ ਮੁੱਖ ਮੰਤਰੀ ਚੁਣਿਆ ਗਿਆ ਪੰਜਾਬ ਦੇ ਲੋਕਾਂ ਵੱਲੋਂ ਜਾਂ ਪਾਰਟੀ ਨੂੰ ਚੁਣਿਆ ਗਿਆ ਉਸ ਨੂੰ ਇੱਕ ਅਥਾਰਟੀ ਲੋਕਾਂ ਨੇ ਉਸ ਵਿੱਚ ਆਪਣਾ ਵਿਸ਼ਵਾਸ ਪ੍ਰਗਟਾਇਆ ਕਿ ਆ ਲੋਕ ਆ ਬੰਦਾ ਜਾਂ ਆ ਪਾਰਟੀ ਸਾਡੀ ਨੁਮਾਇੰਦਾ ਜਮਾਤ ਹੋਵੇਗੀ ਤੇ ਫਿਰ ਥੋੜਾ ਜਿਹਾ ਵਿਸ਼ਵਾਸ ਉਸਤੇ ਕਰਨਾ ਚਾਹੀਦਾ ਹੈ ਗੱਲ ਪੰਜਾਬੀਆਂ ਦੇ ਸਿਸਟਮ ਦੀ ਹੈ ਕੈਪਟਨ ਅਮਰਿੰਦਰ ਸਿੰਘ ਜੇ ਇਸੇ ਤਰ੍ਹਾਂ ਗੱਲ ਕੀਤੀ ਜਾਵੇ ਉਹਨਾਂ ਦਾ ਵੀ ਦਵਦਵਾ ਪੰਜਾਬ ਦੀ ਸਿਆਸਤ ਵਿੱਚ ਘਟ ਨਹੀਂ ਹੈ ਪਿਛਲੇ ਸਮੇਂ ਵਿੱਚ ਪਰ ਇਸ ਵੇਲੇ ਉਹ ਇਹ ਸਾਰੇ ਜਿਹੜੇ ਨੇ ਖੁੰਝੇ ਲੱਗੇ ਹੋਏ ਆਗੂ ਨੇ ਇਹ ਨਹੀਂ ਕਿ ਗੱਲ ਕਰਨ ਦਾ ਉਹਨਾਂ ਨੂੰ ਹੱਕ ਨਹੀਂ ਹੈ ਉਹ ਮੁੱਖ ਮੰਤਰੀ ਰਹੇ ਨੇ ਕੇਂਦਰ ਦੇ ਵਿੱਚ ਮੰਤਰੀ ਰਹੇ ਨੇ ਫੌਜੀ ਦੀ ਨੌਕ ਜੋਬ ਉਹਨਾਂ ਨੇ ਕੀਤੀ ਹੈ ਸਟੇਟਸਮੈਨ ਕਹਾਉਂਦੇ ਨੇ ਆਪਣੇ ਆਪ ਨੂੰ ਚਲੋ ਪੰਜਾਬ ਦੇ ਪਾਣੀ ਦਾ ਰਾਖਾ ਕਹਾਉਂਦੇ ਨੇ ਅਸਲ ਚ ਗੱਲ ਇਹ ਹੋਈ ਕਿ ਭਗਵੰਤ ਮਾਨ ਨੇ ਉਹਨਾਂ ਦਾ ਜਵਾਬ ਜਿਹੜਾ ਸੀ ਕੁਝ ਇਸ ਤਰੀਕੇ ਨਾਲ ਦਿੱਤਾ ਕਿ ਤੁਸੀਂ ਕਪੂਰੀ ਦੇ ਵਿੱਚ ਟੱਕ ਲਵਾ ਕੇ ਇੰਦਰਾ ਗਾਂਧੀ ਤੋਂ ਇਸ ਨਹਿਰ ਦੀ ਸ਼ੁਰੂਆਤ ਕਰਵਾਈ ਸੀ ਕੈਪਟਨ ਸਾਹਿਬ ਉਸ ਗੱਲ ਤੋਂ ਖਿੱਚ ਗਏ ਨੇ ਉਹ ਕਹਿੰਦੇ ਨੇ ਕਿ ਚੁਣ-ਚੁਣ ਕੇ ਇਤਿਹਾਸ ਇੱਕ ਗਲਤੀਆਂ ਨੂੰ ਨਾ ਕੱਟਿਆ ਜਾਵੇ ਉਸ ਵੇਲੇ ਤੇ ਸੰਦਰਭ ਹੋਰ ਸੀ ਉਸ ਵੇਲੇ ਹਾਲਾਤ ਹੋਰ ਸੀ ਤੇ ਅੱਜ ਹੋਰ ਨੇ ਖੈਰ ਇਹ ਕੈਪਟਨ ਸਾਹਿਬ ਜਾਣਦੇ ਹੋਣਗੇ ਕਿ ਉਦੋਂ ਹਾਲਾਤ ਕਿਵੇਂ ਸੀ ਜਾਂ ਇਨਫੋਰਮੇਸ਼ਨ ਉਦੋਂ ਇਨਫੋਰਮੇਸ਼ਨ ਦਾ ਜੋ ਉਦੋਂ ਇਹਨਾਂ ਨਹੀਂ ਸੀ ਅੰਦਰ ਖਾਤੇ ਬਹੁਤ ਕੁਝ ਹੋ ਜਾਂਦਾ ਸੀ ਖੈਰ ਜਿਹੜੇ ਉਹਨਾਂ ਨੇ ਵੱਖਰੇ ਵੱਖਰੇ ਸਮੇਂ ਤੇ ਸਟੈਂਡ ਲਏ ਨੇ ਉਹ ਉਹਨਾਂ ਨੇ ਯਾਦ ਕਰਾਏ ਨੇ ਕੈਪਟਨ ਨੇ ਕੈਪਟਨ ਨੇ ਕਿਹਾ ਕਿ ਭਾਵੇਂ ਪਾਕਿਸਤਾਨ ਨਾਲ ਜੰਗ ਲੱਗੀ ਹੋਵੇ ਤਾਂ ਮੈਂ ਫੌਜ ਦੇ ਵਿੱਚ ਵੌਲੰਟਰੀ ਰਿਟਾਇਰਮੈਂਟ ਲੈ ਕੇ ਆ ਗਿਆ ਸੀ ਤੇ ਜੰਗ ਲੱਗਣ ਤੇ ਮੈਂ ਵਾਪਸ ਜਾ ਕੇ ਲੜਾਈ ਦੇ ਫਰੰਟ ਤੇ ਇਲੈਕਸ਼ਨ ਜਿਹੜੀ ਜੰਗ ਲੜੀ ਇਹ ਉਹ ਕਹਿੰਦੇ ਨੇ ਮੰਨਿਆ ਵੀ ਇਸ ਤਰ੍ਹਾਂ ਜਾਂਦਾ ਦੂਸਰੀ ਗੱਲ ਉਹਨੇ ਕੀਤੀ ਕਿ ਜਦੋਂ 1984 ਦੇ ਵੀ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਹੈ ਤਾਂ ਮੇਰੇ ਕੋਲ ਕੇਂਦਰ ਦੇ ਵਿੱਚ ਕਾਂਗਰਸ ਪਰਿਵਾਰ ਵੱਲੋਂ ਚੰਗੀ ਸੀਟ ਦਿੱਤੀ ਹੋਈ ਸੀ ਮੈਂ ਉਸ ਨੂੰ ਠੋਕਰ ਮਾਰ ਕੇ ਵਾਪਸ ਪੰਜਾਬ ਆ ਗਿਆ ਫਿਰ ਕਹਿੰਦੇ ਕਿ ਜਦੋਂ ਪਾਣੀਆਂ ਦਾ ਸਮਝੌਤਾ ਜਿਹੜਾ ਰੱਦ ਕਰਨ ਦੀ ਗੱਲ ਸੀ ਮੈਂ ਉਦੋਂ ਵੀ ਸਟੈਂਡ ਲਿਆ ਤੇ ਉਹ ਸਮਝੌਤਾ ਰੱਦ ਕੀਤਾ ਜਿਸ ਵਿੱਚ ਪੰਜਾਬ ਦੇ ਪਾਣੀਆਂ ਨੂੰ ਵੰਡਣ ਦੀ ਗੱਲ ਕੀਤੀ ਗਈ ਸੀ ਵਿਧਾਨ ਸਭਾ ਵਿੱਚ ਰੈਜ਼ੋਲੂਸ਼ਨ ਪਾਸ ਕਰਕੇ ਸਮਝੌਤਾ ਰੱਦ ਕੀਤਾ ਕੈਪਟਨ ਸਾਹਿਬ ਆਪਣੀਆਂ ਉਹ ਉਹਨਾਂ ਦੇ ਕਹਿਣ ਤੋਂ ਪਾਵੇ ਆ ਕੈਪਟਨ ਸਾਹਿਬ ਦੇ ਕਿ ਮੈਂ ਸਮੇ ਸਮੇਤੇ ਜੋ ਮੌਕੇ ਦੇ ਹਿਸਾਬ ਨਾਲ ਸਹੀ ਡਿਸੀਜਨ ਹੁੰਦਾ ਮੈਂ ਉਹ ਲਿਆ ਨਾ ਕਿ ਜੇ ਭਗਵੰਤ ਮਾਨ ਮੈਨੂੰ ਕਹਿ ਰਹੇ ਨੇ ਕਿ ਆ ਤੁਸੀਂ ਡਿਸੀਜਨ ਉਦੋਂ ਕਿਉਂ ਲਿਆ ਸੀ ਉਦੋਂ ਹਾਲਾਤ ਹੋਰ ਸੀ ਤੇ ਭਗਵੰਤ ਮਾਨ ਨੂੰ ਉਹਨਾਂ ਨੇ ਇਸ ਗੱਲ ਤੇ ਵੀ ਕਹਿ ਰਿਆ ਕਿ ਭਗਵੰਤ ਮਾਨ ਨੇ ਖੁਦ ਕਿਹਾ ਕਿ 25 ਸਾਲ ਬਾਅਦ ਰਿਵਿਊ ਹੋਣਾ ਚਾਹੀਦਾ ਪਾਣੀਆਂ ਦਾ ਉਦੋਂ ਸਤਲੋਜ ਵਿੱਚ ਕਿੰਨਾ ਪਾਣੀ ਸੀ ਉਦੋਂ ਬਿਆਸ ਵਿੱਚ ਕਿੰਨਾ ਸੀ ਰਾਵੀ ਵਿੱਚ ਕਿੰਨਾ ਸੀ ਹੋਰ ਦਰਿਆਵਾਂ ਵਿੱਚ ਜਮਨਾ ਵਿੱਚ ਸਾਰੀਆਂ ਵਿੱਚ ਕਿੰਨਾ ਸੀ ਉਸ ਹਿਸਾਬ ਨਾਲ ਵੰਡ ਕੀਤੀ ਕਿ ਕਿ ਇੰਨੇ ਮਿਲੀਅਨ ਏਕੜ ਫੁੱਟ ਰਾਜਸਥਾਨ ਨੂੰ ਹਰਿਆਣੇ ਨੂੰ ਦੇ ਦਿਓ ਜੇ ਪਾਕਿਸਤਾਨ ਨੂੰ ਦਿੱਤਾ ਜਾਵੇ ਇੰਡਸ ਵਾਟਰ ਟ੍ਰੀਟੀ ਖੈਰ ਉਹਨਾਂ ਨੇ ਕਿਹਾ ਕਿ ਰਿਵਿਊ ਹੋਣਾ ਚਾਹੀਦਾ ਤੇ ਰਿਵਿਊ ਦੇ ਵਿੱਚ ਸਾਰਿਆਂ ਨੂੰ ਗਿਣਨਾ ਚਾਹੀਦਾ ਤੇ ਕੈਪਟਨ ਸਾਹਿਬ ਨੇ ਕਿਹਾ ਕਿ ਉਦੋਂ ਹਾਲਾਤ ਹੋਰ ਸੀ ਤੇ ਹੁਣ ਇੰਨਾ ਸਮਾਂ ਹੋ ਗਿਆ ਤੇ ਰਿਵਿਊ ਕਰਨ ਦੇ ਵਿੱਚ ਫਰਕ ਹੋ ਸਕਦਾ ਉਦੋਂ ਪੰਜਾਬ ਨੂੰ ਇੰਨੇ ਜ਼ਿਆਦਾ ਪਾਣੀ ਦੀ ਲੋੜ ਨਹੀਂ ਸੀ ਜਿੰਨੀ ਹੁਣ ਹੈ ਉਹ ਆਪਣੀ ਜਗ੍ਹਾ ਤੇ ਠੀਕ ਹੋ ਸਕਦੇ ਨੇ ਪਰ ਹਰ ਵਾਰ ਨਹੀਂ ਇਸ ਤਰ੍ਹਾਂ ਮੈਂ ਇਹ ਗੱਲ ਕਹਿ ਉਹਨਾਂ ਨੂੰ ਮੈਂ ਦੱਸਣੀ ਚਾਹੁੰਦਾ ਕੈਪਟਨ ਸਾਹਿਬ ਨੂੰ ਜਿਸ ਪਾਰਟੀ ਦੇ ਵਿੱਚ ਅੱਜ ਉਹ ਜੁੜੇ ਹੋਏ ਨੇ ਜਿਸ ਪਾਰਟੀ ਦੇ ਵਿੱਚ ਬੈਠੇ ਹੋਏ ਨੇ ਉਸ ਪਾਰਟੀ ਦੇ ਆਗੂ ਹਰ ਸਟੇਜ ਤੋਂ ਵੱਡੇ ਵੱਡੇ ਆਗੂ ਇੱਥੇ ਤੱਕ ਕਿ ਪ੍ਰਧਾਨ ਮੰਤਰੀ ਸਾਹਿਬ ਵੀ ਪਾਣੀ ਪੀ ਪੀ ਕੇ ਜਵਾਲਾਲ ਨਹਿਰੂ ਤੇ ਉਸ ਪਰਿਵਾਰ ਨੂੰ ਪੰਡਦੇ ਨੇ ਕਸ਼ਮੀਰ ਦਾ ਮਸਲਾ ਛੇੜ ਕੇ ਕਿ ਕਸ਼ਮੀਰ ਦੇ ਮਸਲੇ ਬਾਰੇ ਦੇਖੋ ਉਹਨਾਂ ਨੇ ਹੱਲ ਨਹੀਂ ਕੀਤਾ ਉਹ ਅਸੀਂ 1 ਮਿੰਟ ਵਿੱਚ ਕਰਤਾ 370 ਤੋੜ ਦਿੱਤੀ ਹੈ ਹਰ ਗੱਲ ਦੇ ਵਿੱਚ ਕੁਮਾ ਫਰਾ ਕੇ ਕੋਈ ਵੀ ਗਲਤੀ ਹੋਵੇ ਚਾਹੇ ਉਹ ਇਕਨੋਮਿਕਸ ਦੀ ਹੋਵੇ ਆਰਥਿਕਤਾ ਦੀ ਹੋਵੇ ਭੂਗੋਲਿਕ ਸਥਿਤੀ ਦੀ ਹੋਵੇ ਹਾਲਾਤਾਂ ਦੀ ਹੋਵੇ ਸਿਸਟਮ ਦੀ ਹੋਵੇ ਐਜੂਕੇਸ਼ਨ ਸਿਸਟਮ ਦੀ ਹੋਵੇ ਉਹ ਜਵਾਲਾਲ ਨਹਿਰੂ ਨੂੰ ਭੰਡਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਜਾਂਦੀ ਨਾਮ ਕਈ ਵਾਰੀ ਲੈ ਲਿਆ ਜਾਂਦਾ ਤੇ ਕਈ ਵਾਰੀ ਨਹੀਂ ਲੈ ਲਿਆ ਜਾਂਦਾ ਸਭ ਨੂੰ ਪਤਾ ਹੁੰਦਾ ਕਿ ਕਿਹਦੀ ਗੱਲ ਹੋ ਰਹੀ ਹੈ ਸੋ ਮੈਂ ਕੈਪਟਨ ਸਾਹਿਬ ਨੂੰ ਇਹ ਦੱਸਣਾ ਚਾਹੁੰਦਾ ਕਿ ਜੇ ਉਹ ਕਰ ਰਹੇ ਨੇ ਤੇ ਜਿਸ ਪਾਰਟੀ ਵਿੱਚ ਉਹ ਅੱਜ ਬੈਠੇ ਹੋਏ ਨੇ ਬਿਲੋਂਗ ਕਰਦੇ ਨੇ ਉਸ ਵਿੱਚ ਵੀ ਰੈਸ਼ਨਲ ਗੱਲ ਕਰਨ ਦਾ ਰਿਵਾਜ ਉਹ ਪਾਉਣ ਤੇ ਉਹਨਾਂ ਨੂੰ ਪੁੱਛਣਾ ਭਾਈ ਤੁਸੀਂ ਇਹਨਾਂ ਸਾਡੇ ਜਿਹੜੇ ਪੁਰਾਣੇ ਆਗੂ ਹੋਏ ਨੇ ਉਹਨਾਂ ਬਾਰੇ ਇਸ ਤਰ੍ਹਾਂ ਕਿਉਂ ਗੱਲ ਕਰਦੇ ਹੋ ਮਹਾਤਮਾ ਗਾਂਧੀ ਬਾਰੇ ਕੀ ਕੁਝ ਹੁੰਦਾ ਰ ਐਸੇ ਸਟੇਜਾਂ ਤੋਂ ਸਾਨੂੰ ਪਤਾ ਹੈ ਅੱਗੇ ਚੱਲਦੇ ਹਾਂ ਕੈਪਟਨ ਸਾਹਿਬ ਜੇ ਮੌਕੇ ਦੀ ਗੱਲ ਕਰੀਏ ਅੱਜ ਕਹਿ ਰਹੇ ਨੇ ਕਿ ਕੋਰੀਡੋਰ ਖੋਲੀ ਮੋਦੀ ਸਾਹਿਬ ਨੇ ਬਹੁਤ ਵਧੀਆ ਕੀਤਾ ਤੇ ਜਦੋਂ ਖੁੱਲੀ ਸੀ ਉਦੋਂ ਜਨਾਬ ਹੋਣਾ ਦਾ ਕੀ ਸਟੈਂਡ ਸੀ ਕਿ ਉੱਥੇ ਟ੍ਰੇਨਿੰਗ ਕੈਂਪ ਖੋਲ੍ਹ ਸਕਦੇ ਨੇ ਉਥੋਂ ਟ੍ਰੇਨਿੰਗ ਦੇਣਗੇ ਉਹਨਾਂ ਨੂੰ ਭਾਰਤ ਦੇ ਖਿਲਾਫ ਢੁਕਾ ਸਕਦੇ ਨੇ ਪਾਕਿਸਤਾਨ ਵਾਲੇ ਇਹ ਲਾਂਘਾ ਖੋਲਣ ਦੀ ਕੀ ਲੋੜ ਹੈ ਇਹ ਵੀ ਗੱਲਾਂ ਜਿਹੜੀਆਂ ਉਹਨਾਂ ਨੂੰ ਸੰਦਰਭ ਦੇ ਹਿਸਾਬ ਨਾਲ ਯਾਦ ਰੱਖਣੀਆਂ ਚਾਹੀਦੀਆਂ ਨੇ ਕਿ ਇੱਕ ਪਾਸੇ ਤੇ ਕੋਰੀਡੋਰ ਤੁਸੀਂ ਵੀ ਯਾਦ ਕਰੋ ਨਾ ਵੀ ਜਿਹਦੇ ਸਿਰ ਉਹ ਸੇਹਰਾ ਵੱਜ ਰਿਹਾ ਸੀ ਲਾਂਘਾ ਖੁੱਲਣ ਦਾ ਤੇ ਉਹਦੇ ਨਾਲ ਤਾਂ ਬਣਦੀ ਵੀ ਨਹੀਂ ਉਹੀ ਗੱਲ ਹੈ ਨਾ ਫਿਰ ਰੈਸ਼ਨਲ ਡਿਸੀਜਨ ਤਾਂ ਨਾ ਹੋਇਆ ਸਭ ਨੇ ਉਸ ਵੇਲੇ ਤੇ ਇਹ ਹੋਇਆ ਕਿ ਕਿ ਮੈਂ ਮੈਂ ਜੋ ਕਹਿ ਰਿਹਾ ਮੇਰੀ ਗੱਲ ਸੁਣੀ ਜਾਵੇ ਨਵਜੋਤ ਸਿੰਘ ਸਿੱਧੂ ਕੋਹਣ ਹੁੰਦਾ ਕ੍ਰੈਡਿਟ ਉਸ ਨੂੰ ਮਿਲ ਰਿਹਾ ਸੀ ਇਮਰਾਨ ਖਾਨ ਨਾਲ ਜਾਰੀ ਦੋਸਤੀ ਸੀ ਰੋਹਿੰਦਰ ਮੋਦੀ ਹੋਣਾ ਨੇ ਉਹਨਾਂ ਨੂੰ ਇਹ ਆਖ ਦਿੱਤਾ ਕਿ ਠੀਕ ਹੈ ਭਾਈ ਕਿ ਜੇ ਤੁਸੀਂ ਖੁੱਲਣਾ ਚਾਹੁੰਦੇ ਹੋ ਤੇ ਖੋਲੋ ਇਜਾਜ਼ਤ ਤੇ ਪਾਕਿਸਤਾਨ ਨੇ ਦੇਣੀ ਸੀ ਨਾ ਆਪਣੇ ਮੁਲਕ ਵਿੱਚ ਆਉਣ ਦੀ ਭਾਰਤ ਨੂੰ ਉਸ ਵਿੱਚ ਵੱਡਾ ਇਤਰਾਜ਼ ਕੀ ਹੋਣਾ ਚਾਹੀਦਾ ਸੀ ਚਲੋ ਫਿਰ ਇਹ ਕੋਰੀਡੋਰ ਖਲਵਾਉਣ ਦੇ ਹੱਕ ਵਿੱਚ ਨਹੀਂ ਸੀ ਤੇ ਰੂਸਾ ਵਾਲਾ ਮਾਮਲਾ ਲਗਾਤਾਰ ਬਰਾਬਰ ਚੱਲ ਰਿਹਾ ਸੀ ਸਾਰਿਆਂ ਨੂੰ ਪਤਾ ਐਸ ਗੱਲ ਦਾ ਹੁਣ ਕੈਪਟਨ ਸਾਹਿਬ ਖੁਦ ਕੈਨੇਡਾ ਸਰਕਾਰ ਦੇ ਖਿਲਾਫ ਬੋਲਦੇ ਰਹੇ ਨੇ ਉਹਦੇ ਉਹਦੇ ਜਿਹੜੇ ਰਿਪਰੈਜ਼ੈਂਟੇਟਿਵ ਨੁਮਾਇंदे ਉਥੇ ਦੇ ਡਿਫੈਂਸ ਮਿਨਿਸਟਰ ਤੇ ਸਟੇਟਾਂ ਦੇ ਜਿਹੜੇ ਹੋਰ ਆਗੂ ਤੇ ਹੋਰ ਲੋਕ ਆਉਂਦੇ ਰਹੇ ਉਹਨਾਂ ਨੂੰ ਮਿਲਣ ਤੋਂ ਇਨਕਾਰ ਕਰਦੇ ਰਹੇ ਨੇ ਉਸ ਗੱਲ ਦੇ ਪਿੱਛੇ ਕੀ ਰੈਸ਼ਨੈਲਿਟੀ ਸੀ ਉਸ ਗੱਲ ਦੇ ਪਿੱਛੇ ਤੇ ਸਿਆਸੀ ਸਾੜਾ ਜਾ ਵੇਖਿਆ ਜਾ ਸਕਦਾ ਸੀ ਇਸ ਤੋਂ ਬਾਅਦ ਕੁਝ ਨਹੀਂ ਸੀ ਹੁਣ ਇੱਕ ਹੋਰ ਗੱਲ ਜਦੋਂ ਮੁੱਖ ਮੰਤਰੀ ਜਿਸ ਦਿਨ ਜਿਸ ਦਿਨ ਤੱਕ ਮੁੱਖ ਮੰਤਰੀ ਦੀ ਸੀਟ ਤੇ ਬੈਠੇ ਹੋਏ ਸੀ ਉਦੋਂ ਤੱਕ ਕੇ ਕਹਿੰਦੇ ਹੁੰਦੇ ਸੀ ਕਿ ਰਾਹੁਲ ਗਾਂਧੀ ਬਿਲਕੁਲ ਠੀਕ ਹੈ ਕੇਂਦਰ ਦੇ ਵਿੱਚ ਏ ਕਾਂਗਰਸ ਹਾਈ ਕਮਾਂਡ ਦੀ ਲੀਡਰਸ਼ਿਪ ਜਿਹੜੀ ਹੈ ਉਹ ਨੂੰ ਬਦਲੀ ਕਰਨ ਦੀ ਕੋਈ ਲੋੜ ਨਹੀਂ ਤੇ ਬਿਲਕੁਲ ਠੀਕ ਨੇ ਮੈਂ ਉਹਨਾਂ ਦੀ ਮੇਰੀ ਪੂਰੀ ਸਪੋਰਟ ਹੈ ਸੋਨੀਆ ਜੀ ਕਹਿ ਕੇ ਗੱਲ ਕਰਦੇ ਸੀ ਰਾਹੁਲ ਜੀ ਕਹਿ ਕੇ ਗੱਲ ਹੁੰਦੀ ਸੀ ਤੇ ਜਿਸ ਦਿਨ ਉਹ ਗੱਦੀ ਤੋਂ ਲੱਤਦੇ ਨੇ ਉਸੇ ਦਿਨ ਇਹ ਬਿਆਨ ਹੋਣੇ ਸ਼ੁਰੂ ਹੋ ਜਾਂਦੇ ਨੇ ਕਿ ਉਹ ਇਮੇਚੂਰ ਨੇ ਬੱਚੇ ਨੇ ਉਹਨਾਂ ਨੂੰ ਪਤਾ ਨਹੀਂ ਆ ਉਹਨਾਂ ਦੇ ਆਲੇ ਦੁਆਲੇ ਮਾੜੇ ਲੋਕਾਂ ਨੇ ਘੇਰਾ ਪਾ ਲਿਆ ਹੁਣ ਰਾਹੁਲ ਤੇ ਪ੍ਰਿਯੰਕਾ ਪਹਿਲਾਂ ਠੀਕ ਸੀ ਸੋਨੀਆ ਤੇ ਹੁਣ ਉਹ ਅੱਜ ਠੀਕ ਨਹੀਂ ਹੈ ਸੋ ਉਸ ਕੀ ਉਹ ਸਮੇਂ ਮੁਤਾਬਕ ਤੁਹਾਡਾ ਫੈਸਲਾ ਸਹੀ ਸੀ ਇਹ ਉਹ ਰੂਇਸ ਉਹ ਸੇਟਰੀਕੇ ਨਾਲ ਹੀ ਆ ਜਿਵੇਂ ਤੁਸੀਂ ਇਤਿਹਾਸਿਕ ਗਲਤੀਆਂ ਨੂੰ ਆਪਣੀਆਂ ਜਿਹੜੀਆਂ ਨੇ ਹੋ ਜਾਂਦੀਆਂ ਨੇ ਇਸ ਗੱਲ 'ਚ ਮੰਨਣ 'ਚ ਕੋਈ ਹਰਜ ਨਹੀਂ ਹੋਣਾ ਨੂੰ ਹੋਣਾ ਚਾਹੀਦਾ ਮੇਰੇ ਖਿਆਲ ਹੈ ਜੋ ਕਹਿ ਦੇਣ ਕਿ ਉਹ ਇਸ ਤਰ੍ਹਾਂ ਉਦੋਂ ਇਹ ਸ਼ੁਰੂ ਕਰਾਉਣਾ ਵਿਵਾਦ ਜੇ ਤੁਹਾਡਾ ਮੌਕੇ ਦੇ ਹਿਸਾਬ ਨਾਲ ਸਹੀ ਵੀ ਸੀ ਪਰ ਵਿਰੋਧ ਵੀ ਜਨਾਬ ਉਦੋਂ ਹੀ ਸ਼ੁਰੂ ਹੋ ਗਿਆ ਸੀ ਕਿ ਪੰਜਾਬ ਦਾ ਪਾਣੀ ਨਹੀਂ ਦੇਣਾ ਇਹਦਾ ਮਤਲਬ ਕਿ ਉਦੋਂ ਹੀ ਲੋਕ ਸਮਝ ਰਹੇ ਸੀ ਕਿ ਪੰਜਾਬ ਕੋਲ ਪਾਣੀ ਵਾਧੂ ਦੇਣ ਲਈ ਨਹੀਂ ਹੈ ਤੇ ਉਸ ਪਿੱਛੇ ਕਿੰਨੀਆਂ ਜਾਂਨਾ ਹੁਣ ਤੱਕ ਗਈਆਂ ਨੇ ਕੀ ਕੁਝ ਨਹੀਂ ਹੋਇਆ ਰੌਲਾ ਅੱਜ ਵੀ ਪਿਆ ਹੋਇਆ ਕਿੰਨਾ ਨੁਕਸਾਨ ਹੋ ਗਿਆ ਪੰਜਾਬ ਦਾ ਇਸ ਸਾਰੀਆਂ ਗੱਲਾਂ ਤੇ ਇਹ ਬਿਲਕੁਲ ਉਸੇ ਤਰ੍ਹਾਂ ਉਹਨਾਂ ਦੇ ਸੰਢੂ ਸਾਫ ਸਾਹਿਬ ਰਿੰਜੀਤ ਸਿੰਘ ਮਾਨ ਸੰਗਰੂਰ ਤੋਂ ਲੋਕ ਸਭਾ ਦੇ ਐਮਪੀ ਜੁੜੀ ਨਹੀਂ ਹੈ ਗੱਲ ਮੈਂ ਸਿਰਫ ਉਦਾਹਰਣ ਦੇਣੀ ਚਾਹੁੰਦਾ ਉਹ ਇੱਕ ਵਾਰੀ ਤੇ ਮਾਫੀ ਮੰਗ ਲੈਂਦੇ ਨੇ ਅੱਜ ਤੋਂ ਕਈ ਸਾਲ ਪਹਿਲਾਂ ਵੀ ਸਾਡੇ ਪਰਿਵਾਰ ਨੇ ਜਨਰਲ ਡਾਇਰ ਨੂੰ ਸਰੂਪਾ ਪਾ ਕੇ ਸਨਮਾਨਤ ਕੀਤਾ ਰੂਤ ਸਿੰਘ ਹੋਣਾ ਨੇ ਤੇ ਉਹ ਉਹ ਗਲਤੀ ਸੀ ਮੈਂ ਮਾਫੀ ਮੰਗਦਾ ਹੁਣ ਉਹਨੂੰ ਜਾਇਜ਼ ਠਹਿਰਾ ਰਹੇ ਨੇ ਕਦੀ ਕਹਿੰਦੇ ਕਿ ਅੰਮ੍ਰਿਤਸਰ ਤੇ ਉਹਨਾਂ ਨੇ ਬੰਬ ਸੁੱਟਣੇ ਸੀ ਕਦੀ ਕਹਿੰਦੇ ਕੁਛ ਕਦੀ ਕੁਛ ਉਹ ਹਰ ਸਟੇਜ ਤੇ ਬਿਆਨ ਬਦਲੀ ਜਾਂਦੇ ਨੇ ਸੋ ਜੇ ਕੋਈ ਕੋਈ ਕੁਝ ਹੋਇਆ ਹੋਵੇ ਤਾਂ ਮੰਨਣ 'ਚ ਕੋਈ ਇਨਕਾਰ ਨਹੀਂ ਹੋਣਾ ਚਾਹੀਦਾ ਕੈਪਟਨ ਸਾਹਿਬ ਨੇ ਨਾਲੇ ਜਿਹੜੀ ਇਹ ਗੱਲ ਕੀਤੀ ਕਿ ਮੈਨੂੰ ਭਗਵੰਤ ਮਾਨ ਵਰਗਿਆਂ ਤੋਂ ਇਸ ਮੁੱਦੇ ਤੇ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਮੈਂ ਦੇਸ਼ ਦੇ ਤੇ ਕੌਮ ਦੇ ਮੁੱਦਿਆਂ ਤੇ ਜਾਂ ਪੰਜਾਬ ਦੇ ਮੁੱਦਿਆਂ ਤੇ ਹਮੇਸ਼ਾ ਸਾਥ ਦਿੰਦਾ ਹੈ ਜੀ ਗੱਲਾਂ ਠੀਕ ਹੋ ਸਕਦੀਆਂ ਨੇ ਉਹਨਾਂ ਦੀਆਂ ਪਰ ਇੰਨੀ ਡੈਰੋਗੇਟਰੀ ਲੈਂਗੁਏਜ ਵਰਤਣੀ ਬਾਜਬ ਨਹੀਂ ਹੂੰ ਕਾਫੀ ਪਹਿਲਾਂ ਸਮਾਂ ਕੈਪਟਨ ਸਾਹਿਬ ਨੇ ਕਿਹਾ ਸੀ ਕਿ ਕੇਜਰੀਵਾਲ ਨੂੰ ਡਰੈਸਿੰਗ ਸੈਂਸ ਨਹੀਂ ਹੈ ਚਪਨਾ ਵਗਰਾ ਪਾ ਕੇ ਹੁਕਮਦਾਰ ਨਹੀਂ ਤਾਂ ਤੇ ਚੰਨੀ ਸਾਹਿਬ ਨੇ ਤੇ ਕਹਿਤਾ ਸੀ ਕਿ ਯਾਰ ਇਹਨੂੰ ਕੋਈ ਸੂਟ-ਬੂਟ ਲੈ ਵੀ ਦਿਓ ਸੋ ਇਸ ਪਾਰਟੀ ਵਿੱਚ ਜਿਨ੍ਹਾਂ ਅਹੁਦਿਆਂ ਤੇ ਕੈਪਟਨ ਸਾਹਿਬ ਰਹੇ ਨੇ ਗੱਲਾਂ ਬਹੁਤ ਵੱਡੀਆਂ-ਵੱਡੀਆਂ ਹੋਈਆਂ ਪਰ ਪੰਜਾਬ ਦੇ ਪੱਲੇ ਕੁਝ ਨਹੀਂ ਪਿਆ ਉਹਨਾਂ ਗੱਲਾਂ ਦੀ ਵੀ ਕੋਖਣ-ਪਖਣ ਦੀ ਲੋੜ ਹੈ। ਫਿਰ ਸਭ ਗੱਲ ਕਰਦੇ ਆ ਬਟਾਲੇ ਦੀ ਇੱਕ ਖਬਰ ਹੈ ਬਹੁਤ ਚਰਚਾ ਦੇ ਵਿੱਚ ਹੈ ਪਾਰਕ ਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਬੈਠੇ ਸੀ ਤੇ ਦੋ ਪੁਲਿਸ ਵਾਲੀਆਂ ਬੀਬੀਆਂ ਗਈਆਂ ਪਹਿਲਾਂ ਵੱਡੂ ਖਾਉ ਕਰਕੇ ਬੋਲਣ ਲੱਗੀਆਂ ਫਿਰ ਕੁੜੀਆਂ ਦੇ ਚਪੇੜਾ ਮਾਰਤੀਆਂ ਤੇ ਫਿਰ ਕਹਿੰਦੀਆਂ ਸੀ ਸਮਝਾਉਂਦੀਆਂ ਸੀ ਇਹਨਾਂ ਨੂੰ। ਇਹ ਸੈਕਸ਼ਨ ਬਾਰੇ ਕੀ ਕਹਿਣਾ ਚਾਹੋਗੇ ਜੋ ਪੁਲਿਸ ਵਾਲੀਆਂ ਨੇ ਕਾਰਵਾਈ ਕੀਤੀ ਬੱਚਿਆਂ ਤੇ ਉਹ ਜਾਇਜ਼ ਸੀ? ਮੈਂ ਕਈ ਵਾਰੀ ਸੋਚਦਾ ਹੁੰਦਾ ਸੁਬਲੀਨ ਕਿ ਸਾਕਾ ਜਲਿਆਂਵਾਲਾ ਬਾਗ ਵਾਪਰੇ ਨੂੰ 100 ਸਾਲ ਤੋਂ ਉੱਪਰ ਹੋ ਗਿਆ 103 ਕੋਸਾਲ ਹੋ ਗਏ ਨੇ ਤੇ ਕਿਸ ਤਰ੍ਹਾਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਉਦੋਂ ਜਿਹੜਾ ਸੀ ਕਾਨੂੰਨ ਲਾ ਜਿਹੜਾ ਲੱਗਾ ਹੋਇਆ ਸੀ ਕਰਫਿਊ ਲੱਗਾ ਸੀ ਕਿਸ ਤਰ੍ਹਾਂ ਗੋਡਿਆਂ ਪਾਰ ਤੇ ਕੂੜੀਆਂ ਪਾਰ ਜਿਹੜਾ ਸੀ ਵਾਸੀਆਂ ਨੂੰ ਨਾਗਰਿਕਾਂ ਨੂੰ ਜਾਣਾ ਪੈਂਦਾ ਸੀ ਤੇ ਉਹ ਇਕੱਠ ਦੇ ਉੱਪਰ ਗੋਲੀਆਂ ਚਲਾ ਦਿਤੀਆਂ ਕਈਆਂ ਇੱਕ ਇੱਕ ਇੰਨਾ ਵੱਡਾ ਜਿਹੜਾ ਮਾਹੌਲ ਸਿਰ ਜਾ ਕਿ ਹਾਲਾਂਕਿ ਜਿਹੜੀ ਗੱਲ ਮੈਂ ਕਰਨ ਲੱਗਾ ਉਹਨੂੰ ਉਸ ਲੈਵਲ ਦੀ ਨਹੀਂ ਪਰ ਤੁਸੀਂ ਮੜਾ ਜਿਹਾ ਲੋਕਡਾਊਨ ਵਾਲਾ ਸੀਨ ਆਪਣੇ ਅੱਖਾਂ ਦੇ ਮੋਹਰੇ ਲਿਆਓ ਜਦੋਂ ਲੋਕਡਾਊਨ ਪਹਿਲਾਂ ਲੱਗਦਾ ਹੈ ਭਾਰਤ ਦੇ ਵਿੱਚ ਤੇ ਕਿੰਨੇ ਸੀਨ ਕਿੰਨੇ ਵੀਡੀਓ ਅਸੀਂ ਦੇਖੇ ਕਿ ਪੁਲਿਸ ਵਾਲਿਆਂ ਨੇ ਡਾਂਗਾ ਮਾਰ ਮਾਰ ਕੇ ਲੋਕਾਂ ਨੂੰ ਘਰਾਂ ਦੇ ਵਿੱਚ ਵਾੜਿਆ ਸਰਕਾਰੀ ਹੁਕਮ ਸੀ ਕਿਸੇ ਨੇ ਪੁੱਛਿਆ ਨਹੀਂ ਕੋਈ ਗੱਲ ਨਾ ਹੋਈ ਸਭ ਕੋਈ ਕਿਸੇ ਤੇ ਕੇਸ ਥੋੜਾ ਦਰਜ ਹੋਇਆ ਮਾਰ ਕਟਾਈ ਵਾਲਾ ਕਿਹੜਾ ਕੰਮ ਹੈ ਇਹ ਬਹੁਤ ਜ਼ਿਆਦਾ ਥਰਡ ਵਰਡ ਕੰਟਰੀ ਦੇ ਵਿੱਚ ਹੈ ਡਿਵੈਲਪਿੰਗ ਕੰਟਰੀ ਭਾਵੇਂ ਅਸੀਂ ਆਪਣੇ ਆਪ ਨੂੰ ਆਖਦੇ ਪਰ ਬਹੁਤ ਮਾਮਲੇ 'ਚ ਅਸੀਂ ਪਿੱਛੇ ਹਾਂ ਇਸੇ ਤਰ੍ਹਾਂ ਇੱਕ ਹੋਰ ਸ਼ਹਿਰ ਦੇ ਵਿੱਚ ਇਸੇ ਤਰ੍ਹਾਂ ਪਾਰਕ ਦੇ ਵਿੱਚ ਇੱਕ ਦੋ ਤਿੰਨ ਇੱਕ ਇੱਕ ਦੋ ਪੁਲਿਸ ਅਫਸਰਾਂ ਪੁਲਿਸ ਮੁਲਾਜ਼ਮਾਂ ਵੱਲੋਂ ਨਹੀਂ ਬਲਕਿ ਇੱਕ ਪੂਰੇ ਥਾਣੇ ਵੱਲੋਂ ਆਪਰੇਸ਼ਨ ਚਲਾਇਆ ਗਿਆ ਸੀ ਉਸ ਦਾ ਨਾਮ ਆਪਰੇਸ਼ਨ ਮਜਨੂ ਰੱਖਿਆ ਗਿਆ ਕਿ ਕਿਸੇ ਤਰ੍ਹਾਂ ਇੱਥੋਂ ਲੜਕੇ ਲੜਕੀਆਂ ਨੂੰ ਜਿਹੜਾ ਇਸ ਤਰੀਕੇ ਕੱਢਣਾ ਉਹਨਾਂ ਦੀ ਮਾਰਕੁੱਟ ਕੀਤੀ ਗਈ ਸੀ ਹੁਣੇ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਸ਼ਹਿਰ ਦਾ ਇਤਿਹਾਸਿਕ ਸ਼ਹਿਰ ਦਾ ਇੱਕ ਇੱਕ ਘਟਨਾ ਹੈ ਇੱਕ ਪਾਰਕ ਦੇ ਵਿੱਚ ਕੁਝ ਲੜਕੀਆਂ ਬੈਠੀਆਂ ਹੋਈਆਂ ਸੀ ਕੁਝ ਲੋਕਾਂ ਦਾ ਤਾਂ ਇਹ ਕਹਿਣਾ ਹੈ ਕਿ ਉਹ ਆਇਲਟ ਸੈਂਟਰ ਵਿੱਚ ਆਈਆਂ ਸੀ ਤੇ ਉਹ ਕੁਝ ਧੇਰ ਉੱਥੇ ਬੈਠ ਜਾਂਦੇ ਸੀ ਜਾਂ ਬੈਠਦੀਆਂ ਸੀ ਜਾਂ ਵਾਟਐਵ ਪਰ ਗੱਲ ਇਹ ਹੈ ਕਿ ਦੋ ਪੁਲਿਸ ਮੁਲਾਜ਼ਮ ਉੱਥੇ ਆਉਂਦੀਆਂ ਨੇ ਤੇ ਉਹਨਾਂ ਵੱਲੋਂ ਉਹਨਾਂ ਦੀ ਖਿੱਚ ਤੂ ਕੀਤੀ ਜਾਂਦੀ ਹੈ ਉਹਨਾਂ ਨੂੰ ਫੜਿਆ ਜਾਂਦਾ ਹੈ ਸੁਟਿਆ ਜਾਂਦਾ ਹੈ ਉਹਨਾਂ ਦੇ ਚਪੇੜਾਂ ਮਾਰੀਆਂ ਜਾਂਦੀਆਂ ਨੇ ਉਹਦੇ ਫੋਨ ਖੋਹ ਕੇ ਦਿਓ ਆਪਣਾ ਫੋਨ ਤੁਹਾਡੇ ਮਾਪਿਆਂ ਨੂੰ ਕਰਦੇ ਆ ਤੁਸੀਂ ਇੱਥੇ ਕਰਦੀਆਂ ਇਹ ਬੱਚੇ ਜਿਹੜੇ ਨੇ ਇਹ ਇਹ ਮਾਪਿਆਂ ਦੀ ਅੱਖਾਂ 'ਚ ਘੱਟਾ ਪਾ ਰਹੇ ਨੇ ਗੱਲ ਇਹ ਹੈ ਕਿ ਸਾਡਾ ਸਮਾਜ ਇਹ ਕੀ ਜਿਹੜਾ ਹੈ ਸਮਾਜ ਦੇ ਸਮਾਜਿਕ ਤੌਰ ਤੇ ਜਿਹੜੇ ਅਸੂਲ ਨੇ ਸਾਡੇ ਬਣਾਏ ਹੋਏ ਅਸੀਂ ਖਾ ਪੰਚਾਇਤਾਂ ਦੀ ਤਾਂ ਗੱਲ ਕਰਦੇ ਆ ਤੇ ਇਹ ਜਿਹੜੇ ਨੁਮਾਇੰਦੇ ਨੇ ਸਾਡੇ ਕਾਨੂੰਨ ਦੇ ਇਹ ਕੀ ਸੋਚ ਰਹੇ ਨੇ ਇਹਨਾਂ ਨੇ ਕੀ ਕੀਤਾ ਪੁਲਿਸ ਮੁਲਾਜ਼ਮਾਂ ਦੁਆਰਾ ਖਿੱਚ ਧੂ ਅਤੇ ਕੁੱਟਮਾਰ ਦੀ ਜਿਹੜੀ ਮੈਂ ਪਹਿਲੀ ਉਦਾਹਰਨ ਦਿੱਤੀ ਹੈ ਲਾਕਡਾਊਨ ਵਾਲੀ ਸੰਬੰਧਿਤ ਲੱਗਦੀ ਨਹੀਂ ਪਰ ਗੱਲ ਇਹ ਹੈ ਕਿ ਜਦੋਂ ਕਿਸੇ ਦੇ ਹੱਥ ਕੋਲੇ ਹੋਏ ਹੋਣ ਨਾ ਤੇ ਫਿਰ ਉਸ ਨੂੰ ਮਾਰਨ ਤੋਂ ਕੋਈ ਰੋਕ ਨਹੀਂ ਸਕਦਾ ਜੀ ਮੇਰੇ ਕਹਿਣ ਦਾ ਮੁੱਦਾ ਇਹ ਹੈ ਇਹ ਗੱਲ ਇਹ ਹੈ ਕਿ ਇਹ ਸਿਰਫ ਮੁਲਾਜ਼ਮਾਂ ਨੇ ਉਹਨਾਂ ਦੇ ਦਿਮਾਗ ਦਾ ਫਤੂਰ ਔਰ ਉਹਨਾਂ ਨੇ ਆਪਣੀ ਵਰਦੀ ਦਾ ਨਾਜਾਇਜ਼ ਫਾਇਦਾ ਔਰ ਕੁੜੀਆਂ ਨੇ ਵੀ ਗੱਲ ਕਹੀ ਕਿ ਪਛਾਣ ਨਹੀਂ ਉਹਨਾਂ ਨੇ ਜ਼ਾਹਰ ਹੋਣ ਦਿੱਤੀ ਉਹਨੇ ਕਿਹਾ ਕਿ ਦੇਖੋ ਜੇ ਅਸੀਂ ਇਹਨਾਂ ਨੂੰ ਹੱਥ ਪਾਉਂਦੇ ਤੇ ਇਹਨਾਂ ਨੇ ਕਹਿੰਦੇ ਸੀ ਵਰਦੀ ਨੂੰ ਹੱਥ ਪਾਇਆ ਇਹਨੇ ਸਾਡੀ ਮਾਰ ਕਿਉਂ ਕੀਤੀ ਤੁਸੀਂ ਪੁਲਿਸ ਦੀ ਕਾਰਵਾਈ ਕਰੋ ਕੀ ਤੁਸੀਂ ਆਪਣੇ ਵੱਡੇ ਜਾਂ ਮੁਤਇਦ ਕਰਮਚਾਰੀਆਂ ਨੂੰ ਜਾਂ ਅਫਸਰਾਂ ਨੂੰ ਦੱਸਿਆ ਤੁਸੀਂ ਇਹ ਗੱਲ ਨੂੰ ਨੋਟੀਫਾਈ ਕੀਤਾ ਕਿ ਅਸੀਂ ਕੀ ਕਰਨ ਜਾ ਰਹੇ ਹਾਂ ਇੱਥੇ ਕਿਸੇ ਨੇ ਸ਼ਿਕਾਇਤ ਕਰ ਦਿੱਤੀ ਕੀ ਉਹ ਲਿਖਤੀ ਸ਼ਿਕਾਇਤ ਸੀ ਜ਼ੁਬਾਨੀ ਸ਼ਿਕਾਇਤ ਤੇ ਕਾਰਵਾਈ ਕਿਵੇਂ ਹੋ ਜਾਂਦੀ ਹੈ ਕੀ ਮਤਲਬ ਹੈ ਇਹਨਾਂ ਗੱਲਾਂ ਦਾ ਇਹ ਕਿਉਂ ਇਸ ਤਰ੍ਹਾਂ ਬਦਨਾਮੀ ਜਿਹੜੀ ਆ ਖੱਟੀ ਜਾ ਰਹੀ ਹੈ ਜੋ ਸਾਡਾ ਸਮਾਜ ਜਿੱਧਰ ਨੂੰ ਜਾ ਰਿਹਾ ਹੈ ਤਬਦੀਲੀਆਂ ਇਹੋ ਜਿਹੀਆਂ ਆਉਂਦੀਆਂ ਰਹਿੰਦੀਆਂ ਨੇ ਜੀ ਅਸੀਂ ਇੰਨਾ ਕੁਝ ਪ੍ਰਚਾਰ ਕੇ ਸਾਡੇ ਵੱਡੇ ਵੱਡੇ ਜਿਹੜੇ ਆਗੂ ਨੇ ਸਾਡੇ ਨੁਮਾਇੰਦੇ ਨੇ ਫਿਲਮ ਸਟਾਰਾਂ ਨੂੰ ਹੋਰ ਨਾਲ ਲੋਕਾਂ ਨੂੰ ਜਿਹਨਾਂ ਨੂੰ ਲੈ ਕੇ ਹੁੰਦੇ ਜਿਨ੍ਹਾਂ ਦੀ ਪਬਲਿਕ ਲਾਈਫ ਹੀ ਉਹ ਜੀ ਹੁੰਦੀ ਹੈ ਤੇ ਫਿਰ ਉਹ ਚੀਜ਼ਾਂ ਦਾ ਪ੍ਰਚਾਰ ਕਰਕੇ ਤੇ ਦੂਜੇ ਪਾਸੇ ਆਪਣੇ ਨੌਜਵਾਨ ਲੜਕੇ ਲੜਕੀਆਂ ਨੂੰ ਰੋਕ ਕੇ ਵੀ ਸਕਦੇ ਆ ਜੀ ਇੱਕ ਪਾਸੇ ਉਸ ਨੂੰ ਇਜਾਜ਼ਤ ਠਹਿਰਾ ਰਹੇ ਸਾਰਾ ਦਿਨ ਨੈਸ਼ਨਲ ਟੀਵੀ ਤੇ ਹੋਰ ਨਾਲ ਚੈਨਲਾਂ ਤੇ ਸੈਂਸਰ ਬੋਰਡ ਬੈਠਾ ਹੋਇਆ ਕਿ ਭਾਈ ਐਸਾ ਤੱਕ ਗੱਲ ਜਾਇਜ਼ ਐ ਇਸ ਹੱਦ ਤੱਕ ਨਹੀਂ ਜਾਇਜ਼ ਉਹ ਗਰਲਜ਼ ਪੜੀਆਂ ਹੋਈਆਂ ਨੇ ਜੇ ਤਾਂ ਕੁਝ ਉਸ ਤਰ੍ਹਾਂ ਉੱਥੇ ਇਸ ਤਰ੍ਹਾਂ ਦੀ ਕੋਈ ਭੈੜੀਆਂ ਹਰਕਤਾਂ ਹੋ ਰਹੀਆਂ ਤੇ ਫਿਰ ਤਾਂ ਤੁਸੀਂ ਰੋਕੋ ਬਕਾਇਦਾ ਸ਼ਿਕਾਇਤ ਹੋਵੇ ਬਕਾਇਦਾ ਕਾਰਵਾਈ ਹੋਵੇ ਉਥੇ ਕੋਈ ਪਾਰਕ ਜੇ ਕਿਸੇ ਦੀ ਪ੍ਰਾਈਵੇਟ ਪ੍ਰਾਪਰਟੀ ਆ ਫੇਅਰ ਮੈਡੀਕਲ ਆ ਜੇ ਆਮ ਪਬਲਿਕਲੀ ਪਾਰਕ ਹੈ ਤਾਂ ਫਿਰ ਕੌਣ ਰੋਕ ਸਕਦਾ ਜੇ ਬਾਲਗ ਉਮਰ ਦੇ ਨੇ ਬੱਚੇ ਤਾਂ ਫਿਰ ਉਹਨਾਂ ਨੂੰ ਇਸ ਤਰ੍ਹਾਂ ਰੁਕਣਾ ਬਿਲਕੁਲ ਵਾਜਬ ਨਹੀਂ ਇਹ ਤਾਨਾਸ਼ਾਹੀ ਮੈਂ ਸਾਹਮਣਾ ਇਹਨਾਂ ਮੁਲਾਜ਼ਮਾਂ ਦੇ ਖਿਲਾਫ ਐਗਜ਼ੈਮਪਲਰੀ ਪਨਿਸ਼ਮੈਂਟ ਚਾਹੀਦੀ ਹੈ ਲਾਈਨ ਹਾਜ਼ਰ ਭਾਵੇਂ ਉਹਨਾਂ ਨੂੰ ਕਰ ਦਿੱਤਾ ਗਿਆ ਕਾਰਵਾਈ ਚੱਲ ਰਹੀ ਹੈ ਪਰ ਇਹੋ ਜਿਹੇ ਕੇਸਾਂ 'ਚ ਬਹੁਤਾ ਬੜਦਾ ਬੁਣਦਾ ਕੁਝ ਨਹੀਂ ਹੁੰਦਾ ਗੱਲ ਠੱਪ ਠੱਪ ਹੋ ਜਾਂਦੀ ਹੈ ਜੀ ਫਿਰ ਸਭ ਪ੍ਰੋਗਰਾਮ ਦਾ ਸਮਾ ਸਾਡਾ ਇੱਥੇ ਖਤਮ ਹੁੰਦਾ ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਇਹ ਸਾਡਾ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ ਸੋਮਵਾਰ ਨੂੰ ਫੇਰ ਨਵੇਂ ਮੁੱਦਿਆਂ ਦੇ ਨਾਲ ਅਸੀਂ ਇਸੇ ਵੇਲੇ ਹਾਜ਼ਰੀ ਭਰਾਂਗੇ ਤਦ ਤੱਕ ਲਈ ਤੁਸੀਂ ਸਾਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ